ਹਲੋ ਗਾਇਜ਼ ਵੈਲਕਮ ਟੂ ਕੈਰੀਅਰ ਰਜ ਅੱ ਅੱ ਰਜਿਤ ਨੂੰ ਬਤਾ ਅੱਜ ਕਲਾਸ 7 ਹੋਏਗੀ ਜੀਕੇ ਦੀ ਠੀਕ ਹੈ ਜੀਕੇ ਰੈਪਿਡ ਰਿਵੀਜ਼ਨ ਇੱਕ ਨਵੀਂ ਸੀਰੀਜ਼ ਚਲਾਈ ਹੈ ਰਜ ਕੈਰੀਅਰ ਰਜ ਨੇ ਜਿਹਦੇ ਵਿੱਚ ਕੀ ਡਿਫਰੈਂਟ ਸਬਜੈਕਟਸ ਹੈ ਯਾਨਕਿ ਅ ਜਿਹਦੇ ਵਿੱਚ ਕੀ ਮੈਥ ਰੀਜ਼ਨਿੰਗ ਇੰਗਲਿਸ਼ ਹਨਾ ਇਹ ਸਾਰੇ ਸਬਜੈਕਟਸ ਕਰੰਟ ਅਫੇਅਰਸ ਕੰਪਿਊਟਰਸ ਤੇ ਫਾਈਨਲੀ ਜਿਹੜਾ ਜੀਕੇ ਹੈਗਾ ਠੀਕ ਹੈ ਤਾਂ ਇਹ ਸਾਰੇ ਡਿਫਰੈਂਟ ਡਿਫਰੈਂਟ ਸਬਜੈਕਟਸ ਜਿਹੜੇ ਕੀ ਹੈ ਐਮਸੀਕਿਊ ਸੋਲਵ ਕਰਦੇ ਆਪਾਂ ਤੁਹਾਡੇ ਕੋਲ ਪ੍ਰੋਪਰ ਸ਼ਡਿਊਲ ਹੈ ਰਜੇ ਕਿੰਨੇ ਵਜੇ ਕਿਹੜੀ ਕਲਾਸ ਹੁੰਦੀ ਹੈ ਠੀ ਹੈ 10 ਡੇਜ਼ ਦਾ ਇਹ ਰੈਪਿਡ ਰਿਵੀਜ਼ਨ ਬੈਚ ਹੈਗਾ ਠੀਕ ਹੈ ਜਿਹਨੂੰ ਅਸੀਂ ਰੈਪਿਡ ਰਿਵੀਜ਼ਨ ਨਾਮ ਦਿੱਤਾ ਹੈਗਾ ਕਿਉਂਕਿ ਪੰਜਾਬ ਦੇ ਸਾਰੇ ਐਗਜ਼ਾਮਸ ਆ ਰਹੇ ਨੇ ਤੇ ਉਹਨਾਂ ਦੀ ਇੱਕ ਪ੍ਰੋਪਰ ਰਿਵੀਜ਼ਨ ਦੇ ਤੌਰ ਤੇ ਆਪਾਂ ਇਹ ਜਿਹੜਾ ਕੀ ਐਮਸੀਕਿਊਜ਼ ਲੈ ਕੇ ਆਏ ਆ ਠੀਕ ਹੈ ਜਿਹੜੇ ਕਿ ਇੱਕ ਰਿਵੀਜ਼ਨ ਦੇ ਤੌਰ ਤੇ ਤੇ ਅੱਜ ਕਲਾਸ 7 ਹੋएगी राजे ਜੀਕੇ ਵੀ ਜਿਹਦੇ ਵਿੱਚ ਕਿ ਅਸੀਂ ਐਂਸ਼ੀਅੰਟ ਹਿਸਟਰੀ ਡਿਸਕਸ ਕਰਾਂਗੇ ਠੀਕ ਹੈ ਇਸ ਤੋਂ ਪਹਿਲਾਂ राजे ਆਪਾਂ ਪੋਲੀਟੀ ਵੀ ਪੜ ਚੁੱਕੇ ਆ ਠੀਕ ਹੈ ਪੋਲੀਟੀ ਕਲਾਸ ਕਰ ਚੁੱਕੇ ਆ ਮਾਡਰਨ ਹਿਸਟਰੀ ਕਰ ਚੁੱਕੇ ਆ ਐਂਸ਼ੀਅੰਟ ਦੇ ਵੀ ਕਰ ਚੁੱਕੇ ਆ ਠੀਕ ਹੈ ਤੇ ਜਿਹੜੀ ਲਾਸਟ ਕਲਾਸ ਸੀ राजे ਆਪਣੀ ਕੱਲ ਦੀ ਉਹ ਜੀਓਗ੍ਰਾਫੀ ਕਲਾਸ ਸੀ ਠੀਕ ਹੈ ਇਸ ਤਰ੍ਹਾਂ राजे ਹੁਣ ਅੱਜ ਐਂਸ਼ੀਅੰਟ ਪੜਾਂਗੇ ਤੇ ਇੱਕ ਕਲਾਸ ਆਪਾਂ ਇਕਨੋਮੀ ਦੀ ਵੀ ਕਰਾਂਗੇ ਠੀਕ ਹੈ ਉਹ ਓਵਰオール ਜੀਕੇ ਦੀ ਮਤਲਬ ਤੁਹਾਨੂੰ ਇੱਕ ਓਵਰਵਿਊ ਦੇਣਾ ਹੈਗਾ ਆ ਰੈਪਿਡ ਰਿਵੀਜ਼ਨ ਕਰਨੀ ਹੈ ਜੀਕੇ ਦੀ ਓਵਰオール ਸਾਰੇ ਸਬਜੈਕਟਸ ਠੀਕ ਹੈ ਤੇ ਅੱਜ ਆਪਾਂ ਕਰਾਂਗੇ ਐਂਸ਼ੀਅਨ ਹਿਸਟਰੀ ਤੇ ਸਟਾਰਟ ਕਰਦੇ ਰੱਜੀ ਫਿਰ ਫਰਸਟ ਕੁਐਸਚਨ ਤੋਂ ਆ ਮਹਾਜਨਪਦਾ ਸਿਚੁਏਟਿਡ ਔਨ ਬੈਂਕ ਔਫ ਰਿਵਰ ਔਫ ਕੋਦਾਬਰੀ ਆ ਆਪਾਂ ਨੂੰ ਪਤਾ ਰੱਜੀ ਸਾਡੇ ਲੇਟਰ ਵੇਦੀ ਕੇਸ ਤੋਂ ਬਾਅਦ ਲੇਟਰ ਵੇਦੀ ਕੇਜ ਕੋਤੋਂ ਹੁੰਦਾ ਸੀ ਰੱਜੀ ਆਪਣਾ 1000 ਬੀਸੀ ਤੋਂ ਲੈ ਕੇ 500 ਬੀਸੀ ਤੱਕਰ ਠੀਕ ਹੈ ਇਸ ਤੋਂ ਪਹਿਲਾਂ ਕਿਹੜਾ ਸੀ ਰੱਜੀ 1500 ਤੋਂ ਲੈ ਕੇ 1000 ਤੱਕਰ ਠੀਕ ਹੈ ਇਧਰ ਆਪਣਾ ਰਿਗ ਤੇ ਇਹ ਵਾਲਾ ਹੈ ਬਣਾ ਲੀਟਰ ਵੇਦੀ ਕੇਜ ਠੀਕ ਹੈ ਤਾਂ ਤੁਹਾਨੂੰ ਤੁਹਾਨੂੰ ਕੀ ਹੋ ਸਕਦਾ ਹੈ ਜੇ 1000 ਜਿਹੜਾ ਕੀ ਹੈ ਕਈਆਂ ਕਈ ਬੁਕਸ ਵਿੱਚ 1600 ਬੀਸੀ ਵੀ ਲਿਖਿਆ ਹੋ ਸਕਦਾ ਠੀਕ ਹੈ ਇੱਥੇ 1100 ਬੀਸੀ ਵੀ ਲਿਖਿਆ ਹੋ ਸਕਦਾ ਤਾਂ ਡਸਨਟ ਮੈਟਰ ਕੋਈ ਪ੍ਰੋਬਲਮ ਨਹੀਂ ਆਪਾਂ ਰਫ ਜਾਇ ਆਈਡੀਆ ਰੱਖਣਾ ਹੁੰਦਾ ਕਿ 1500 ਬੀਸੀ ਤੋਂ 1000 ਬੀਸੀ ਰਿਗਵੇਦੀ ਕੇਜ ਤੇ 1000 ਤੋਂ 1500 ਬੀਸੀ ਜਿਹੜਾ ਹੈਗਾ ਲੀਟਰ ਵੇਦੀ ਕੇਜ ਇਹ ਇੱਕ ਟਾਈਮ ਲਾਈਨ ਬਣਾਣੀ ਹੋਣੀ ਆਪਾਂ ਠੀਕ ਹੈ ਜੇ ਆਪਾਂ ਗੱਲ ਕਰੀਏ ਤੇ 1500 ਬੀਸੀ ਠੀਕ ਹੈ 1000 ਬੀਸੀ ਠੀਕ ਹੈ 500 ਬੀਸੀ ਤਾਂ ਕਿ ਟਾਈਮ ਲਾਈਨ ਬਣਾਣਿਆ ਜਿਹੜਾ ਇਹ ਵਾਲਾ ਟਾਈਮਰ ਹੈ ਜੇ ਰਿਗਵੇਦੀ ਕੇਜ ਦਾ ਹੈ ਠੀਕ ਹੈ ਜਿਹੜਾ ਇਹ ਵਾਲਾ ਟਾਈਮ ਹੈ ਇਹ ਲਿਟਰਵੇਦੀ ਕੇਜ ਹੈ ਠੀਕ ਹੈ ਤੇ ਮੈਂ ਗੱਲ ਕਰ ਰਹਾ ਜੀ ਜਿਹੜਾ ਇਹ ਤੋਂ ਬਾਅਦ ਵਾਲਾ ਟਾਈਮ ਹੈਗਾ 500 BC ਤੋਂ ਬਾਅਦ ਜਾਂ ਫਿਰ 600 BC ਦੇ ਅਰਾਊਂਡ ਇਸ ਰੀਜਨ ਦੇ ਅਰਾ ਇਸ ਟਾਈਮ ਪੀਰੀਅਡ ਦੇ ਅਰਾਊਂਡ ਰਜੀ ਕੋਲ ਸਾਡੇ ਕੋਲੇ 16 ਮਹਾਜਨਪਦਾਸ ਇਕੱਠੇ ਹੁੰਦੇ ਨੇਗੇ ਠੀਕ ਹੈ 16 ਮਹਾਜਨਪਦਾਸ ਮਹਾ ਮਤਲਬ ਗ੍ਰੇਟ ਜਨਪਦਾ ਮਤਲਬ ਇੱਕ ਟੈਰਿਟਰੀ ਅ ਵੱਡੇ ਵੱਡੇ ਮਤਲਬ ਇੱਕ ਕਿੰਗਡਮਸ ਆਪਣੇ ਕੋਲ ਕਹਿ ਸਕਦੇ ਆਪਾਂ ਠੀਕ ਹੈ ਆ ਇਹ ਜਨਪਦਾਸ ਕਹਿ ਸਕਦੇ ਆ ਵੱਡੀਆਂ ਉਹ ਆਪਣੇ ਕੋਲੇ ਐਗਜ਼ਿਸਟੈਂਸ ਆਈਆਂ 16 ਨੰਬਰ ਦੇ ਵਿੱਚ ਠੀਕ ਹੈ 16 ਨੰਬਰ ਸੀਗੇ 16 ਮਹਾਜਨਪਦਾਸ ਆਪਣੇ ਕੋਲੇ ਐਗਜ਼ਿਸਟੈਂਸੀ ਵਿੱਚ ਆਈਆਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮਹਾਜਨਪਦਾ ਸੀ ਰਾਜੀ ਉਹ ਗੋਦਾਵਰੀ ਨਦੀ ਦੇ ਵਿੱਚ ਦੇ ਕੰਡੇ ਦੇ ਉੱਪਰ ਬਣੀ ਹੋਈ ਸੀ ਜਿਹੜੀਆਂ ਬਾਕੀ ਦੀਆਂ ਸਾਰੀਆਂ ਸੀਗੀਆਂ ਉਹ ਨਾਰਥ ਦੇ ਵਿੱਚ ਸੀਗੀਆਂ ਠੀਕ ਹੈ ਨੈਕਸਟ ਸਲਾਈਡ ਦੇ ਵਿੱਚ ਆਪਾਂ ਮੈਪ ਵੀ ਦੇਖਦੇ ਆ ਤੇ ਇਹਦਾ ਆਨਸਰ ਆਇਆ ਕਰਾ ਜੇ ਅਸਮਕਾ ਅਸਮਕਾ ਮਹਾਜਨਪਦਾ ਵਾਸ ਸਿਟਿਊਟਿਡ ਔਨ ਦਾ ਬੈਂਕ ਆਫ ਰਿਵਰ ਗੋਦਾ ਆਪ ਨੂੰ ਮਿਲਦੀ ਹੈ ਮਹਾਜਨਪਦਾਂ ਇਸ ਤੋਂ ਇਲਾਵਾ ਇਹ ਜੇ ਬਾਕੀ ਸਾਰੀਆਂ ਜਨਪਦਾਂ ਦੇਖੋ ਇਹ ਤਾਂ ਹੈਗੀ ਅਸਮਾਕਾ ਜਾਂ ਫਿਰ ਅਸਕਾ ਠੀਕ ਹੈ ਇਹ ਗੋਦਾਵਰੀ ਨਦੀ ਹੈ ਤਾਂ ਇਹ ਆਪਾਂ ਨੂੰ ਬਿਲਕੁਲ ਸਿਰਫ ਇੱਕੋ ਹੀ ਹੈ ਜਿਹੜੀ ਸਾਊਥ ਦੇ ਵਿੱਚ ਮਿਲਦੀ ਹੈ ਡੈਕਨ ਦੇ ਵਿੱਚ ਮਿਲਦੀ ਹੈ ਬਾਕੀ ਸਾਰੀਆਂ ਦੀ ਸਾਰੀਆਂ ਵਿੰਧਿਆਸ ਤੋਂ ਉੱਪਰ ਹੀ ਮਿਲਦੀਆਂ ਨੇ ਆਪਾਂ ਨੂੰ ਠੀਕ ਹੈ ਨਾਰਥ ਦੇ ਵਿੱਚ ਹੀ ਮਿਲਦੀਆਂ ਨੇ ਗਿਆ ਠੀਕ ਹੈ ਤੁਹਾਨੂੰ ਦੱਸਿਆ ਜਿਵੇਂ 600 600 ਬੀਸੀ ਹੈ ਫਿਰ 500 ਬੀਸੀ ਦੇ ਅਰਾਊਂਡ ਇਹ ਜਿਹੜੀ ਮਹਾਜਨਪਦਾਂ ਸੀਗੀਆਂ ਦੈਟ ਕੇਮ ਇਨਟੂ ਐਗਜ਼ਿਸਟੈਂਸ ਠੀਕ ਹੈ ਟੋਟਲ 16 ਨੰਬਰ ਸੀਗੇ ਠੀਕ ਹੈ ਮਹਾ ਅਗੇਨ ਤੁਹਾਨੂੰ ਇਸ ਤੋਂ ਪਹਿਲਾਂ ਕਦੇ ਵੀ ਐਡੀ ਵੱਡੀ ਡਾਇਰੈਕਟਰੀ ਦੇਖ ਨੂੰ ਨਹੀਂ ਮਿਲੀ ਸੀ ਆਪਾਂ ਨੂੰ ਠੀਕ ਹੈ ਤਾਂ ਪਹਿਲੀ ਵਾਰੀ ਐਡੀ ਵੱਡੇ ਵੱਡੇ ਕਿੰਗਡਮਸ ਆਏ ਆਪਣੇ ਐਗਜ਼ਿਸਟੈਂਸ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਹੈ ਜੇ ਸਾਰਿਆਂ ਦੇ ਵਿੱਚੋਂ ਜਿਹੜੀ ਮਗਧ ਮਹਾਜਨਪਦਾ ਸੀਗੀ ਇਹ ਸਭ ਤੋਂ ਜ਼ਿਆਦਾ ਮਤਲਬ ਇਹਨੇ ਪ੍ਰੋਗਰੈਸ ਕੀਤਾ ਤੇ ਸਾਰੀਆਂ ਮਹਾਜਨਪਦਾਂ ਉਸ ਨੂੰ ਇਹਨੇ ਸਬਜ਼ਿਊਮ ਵੀ ਕਰ ਰਿਆ ਸੀ ਆਲਮੋਸਟ ਠੀਕ ਹੈ ਤਾਂ ਸਾਰਿਆਂ ਦੇ ਉੱਪਰ ਜਿਹੜੀ ਕੀ ਜਿੱਤ ਹਾਸਲ ਕਰਕੇ ਇੱਕ ਵੱਡੀ ਡਾਇਰੈਕਟਰੀ ਦਾ ਇਹਨਾਂ ਨੇ ਮਗਧ ਨੇ ਮਤਲਬ ਐਸਟੈਬਲਿਸ਼ ਕੀਤੀ ਠੀਕ ਹੈ ਰੂਲ ਐਸਟੈਬਲਿਸ਼ ਕੀਤਾ ਜਿਹੜੇ ਆਪਣੇ ਅਸ਼ੋਕ ਬਾਅਦੋਂ ਵਿੱਚ ਦੇਖਾਂਗੇ ਆਪਾਂ ਮਸਮਰਾਟ ਅਸ਼ੋਕ ਉਹ ਵੀ ਮਗਧ ਤੋਂ ਹੀ ਬਿਲੋਂਗ ਕਰਦੇ ਨੇ ਠੀਕ ਹੈ ਤੇ ਆਪਾਂ ਸਾਰਾ ਕੁਝ ਦੇਖਾਂਗੇ ਬਾਅਦ ਦੇ ਵਿੱਚ ਠੀਕ ਹੈ ਜੀ ਤਾਂ ਆਪਣਾ ਅਨਸਰ ਆਣਾ ਸੀ ਰਾਜੇ ਅਸਮਕਾ ਜਾਂ ਫਿਰ ਰਸਕਾ ਜਿਹੜੀ ਕਿ ਗੋਦਾਵਰੀ ਨਦੀ ਦੇ ਕੰਢੇ ਆਪਣੀ ਮਹਾਜਨਪਦ ਬਣੀ ਹੋਈ ਹੈ ਠੀਕ ਹੈ ਜੀ ਮੂਵ ਆਨ ਕਰੀਏ ਸੈਕਿੰਡ ਕੁਸ਼ਨ ਹੈ ਰਾਜੇ ਆ ਤਕਸ਼ਿਲਾ ਵਾਸ ਦ ਕੈਪੀਟਲ ਆਫ ਵਿਚ ਇੰਡੀਨ ਮਹਾਜਨਪਦਾ ਠੀਕ ਹੈ ਹੁਣ ਅਗੇਨ ਮਹਾਜਨਪਦ ਦਾ ਕੁਸ਼ਨ ਹੈ ਰਾਜੇ ਤਕਸ਼ਿਲਾ ਇੱਕ ਸ਼ਹਿਰ ਦਾ ਨਾਮ ਹੈ ਬੇਸਿਕਲੀ ਠੀਕ ਹੈ ਇਟ ਵਾਸ ਅ ਕੈਪੀਟਲ ਆਫ ਇਹਨਾਂ ਸਾਰੇ ਜਨਪਦਾਂ ਦੇ ਵਿੱਚ ਰਜੇ ਤਕਸ਼ਿਲਾ ਇੱਕ ਮਹਾਜਨਪਦਾਂ ਦੀ ਕੈਪੀਟਲ ਵੀ ਸੀ ਉਹ ਦੱਸਣੀ ਕਿਹੜੀ ਰਜੇ ਅਗਰ ਤੁਹਾਨੂੰ ਥੋੜਾ ਜਿਹਾ ਬੇਸਿਕ ਆਈਡੀ ਹੈਗਾ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਤਕਸ਼ਿਲਾ ਸੀ ਉਹ ਲਗਭਗ ਇੱਥੇ ਜਿੱਥੇ ਹੈਗੀ ਹੈ ਠੀਕ ਹੈ ਮਤਲਬ ਅਫਗਾਨਿਸਤਾਨ ਜਾਂ ਪਾਕਿਸਤਾਨ ਬਾਰਡਰ ਦੇ ਉੱਪਰ ਠੀਕ ਹੈ ਤਾਂ ਤਕਸ਼ਿਲਾ ਇੱਥੇ ਜਿੱਥੇ ਹੈਗੀ ਹੈ ਤਾਂ ਇਹ ਤਾਂ ਕੋਈ ਵੀ ਨਹੀਂ ਹੋ ਸਕਦੇ ਆਪਸ਼ਨ ਦੇ ਵਿੱਚੋਂ ਠੀਕ ਹੈ ਤਾਂ ਗਾਂਧਾਰ ਜਾਂ ਕੰਬੋਜ ਹੀ ਹੋ ਸਕਦੇ ਨੇ ਪਹਿਲੀ ਗੱਲ ਤਾਂ ਜੇ ਅਪ ਗੱਲ ਕਰੀਏ ਰਜੇ ਤਾਂ ਇੱਥੇ ਕੱਲ ਸਿਰਫ ਗਾਂਧਾਰ ਹੀ ਆਪਸ਼ਨ ਦੇ ਵਿੱਚ ਹੈ ਹੋਰ ਵੀ ਦੂਸਰਾ ਆਪਸ਼ਨ ਦੇ ਵਿੱਚ ਹੀ ਨਹੀਂ ਹੈਗਾ ਜਿਹੜਾ ਕਿ ਆਪਣਾ ਕੰਬੋਜ ਤਾਂ ਡੈਫੀਨਿਟਲੀ ਇਹਦੇ ਅੰਦਰ ਬਿਲਕੁਲ ਗੰਧਾਰ ਹੀ ਆਊਗਾ ਠੀਕ ਹੈ ਬਾਕੀ ਕੋਈ ਵੀ ਨਹੀਂ ਆ ਸਕਦਾ ਠੀਕ ਹੈ ਤਾਂ ਗੰਧਾਰ ਜਿਹੜੀ ਮਹਾਜਨਪਦਾ ਸੀਗੀ ਇਹਦੀ ਕੈਪੀਟਲ ਰਾਜੇ ਤਕਸ਼ਿਲਾ ਸੀਗੀ ਠੀਕ ਹੈ ਆਪਾਂ ਤਕਸ਼ਿਲਾ ਦੀ ਯੂਨੀਵਰਸਿਟੀ ਵੀ ਪੜਦੇ ਹੁੰਨੇ ਆ ਠੀਕ ਹੈ ਨਾ ਜਿਹੜੀ ਕਿ ਆਲਮੋਸਟ 600 BC ਦੇ ਵਿੱਚ ਬਣੀ ਸੀਗੀ ਤਾਂ ਇਹ ਵੀ ਬਹੁਤ ਪੁਰਾਣੀ ਯੂਨੀਵਰਸਿਟੀ ਐ ਤਕਸ਼ਿਲਾ ਯੂਨੀਵਰਸਿਟੀ ਬਲਕਿ ਸਭ ਤੋਂ ਪੁਰਾਣੀ ਯੂਨੀਵਰਸਿਟੀ ਜਿਹੜੀ ਆਪਾਂ ਨੂੰ ਅ ਅੱਜ ਜਿਹੜੇ ਰਿਮੇਨਸ ਮਿਲਦੇ ਨੇ ਠੀਕ ਹੈ ਠੀਕ ਹਾਲਾਂਕਿ ਕੁਟਲਿਆ ਬਾਅਦ ਬਹੁਤ ਬਾਅਦ ਦੇ ਵਿੱਚ ਆਏਗਾ ਠੀਕ ਹੈ 3 400 ਸਾਲ ਬਾਅਦ ਆਏਗਾ ਤੇ ਕੁਟਲਿਆ ਵੀ ਅਸੀ ਯੂਨੀਵਰਸਿਟੀ ਦੇ ਵਿੱਚ ਪੜਾਉਂਦਾ ਸੀਗਾ ਚਲੋ ਸੈਕਿੰਡ ਬੁੱਧਿਸਟ ਕਾਉਂਸਲ ਵਾਸ ਹੈਲਡ ਡੂਰਿੰਗ ਦਾ ਰੇਨ ਆਫ ਵਿਚ ਆਪਣੇ ਤੁਹਾਨੂੰ ਪਤਾ ਹੋ ਰਹੇ ਜੀ ਬੁੱਧਿਸਟ ਕਾਉਂਸਲ ਹੋਈਆਂ ਨੇ ਚਾਰ ਬੁੱਧਿਸਟ ਕਾਉਂਸਲਸ ਮੇਨ ਫੇਮਸ ਨੇ ਆ ਉਹ ਤੋਂ ਬਾਅਦ ਚ ਵੀ ਕੋਈ ਹੋਈਆਂ ਨੇ ਬਟ ਆਪਾਂ ਚਾਰ ਐਂਸ਼ੀਅਨ ਹਿਸਟਰੀ ਦੇ ਵਿੱਚ ਮੰਨਦੇ ਆ ਚਾਰ ਜਿਹੜੀਆਂ ਕਾਉਂਸਲਸ ਹੋਈਆਂ ਨੇ ਉਹ ਐਂਸ਼ੀਅਨ ਹਿਸਟਰੀ ਦੇ ਵਿੱਚ ਹੋਈਆਂ ਨੇ ਠੀਕ ਹੈ ਇਹ ਉਹਦੇ ਵਿੱਚ ਪੁੱਛ ਰਿਹਾ ਰਜੇ ਜਿਹੜੀ ਸੈਕਿੰਡ ਹੈਗੀ ਹੈ ਉਹ ਕਿਹੜੇ ਰੂਲਰ ਦੇ ਰਾਜ ਦੇ ਅੰਡਰ ਹੋਈ ਹੈਗੀ ਇਹ ਪੁੱਛ ਰਿਹਾ ਰਜੇ ਠੀਕ ਹੈ ਤਾਂ ਡੈਫੀਨਿਟਲੀ ਇਹਦਾ ਅਨਸਰ ਆਏਗਾ ਜੇ ਕਲਾਸ਼ੋਕ ਕਲਾਸ਼ੋਕ ਜਿਹੜੇ ਸਾਡੇ ਸੀਗੇ ਰੂਲਰ ਸੀਗੇ ਠੀਕ ਹੈ ਇਹਨਾਂ ਦੇ ਅੰਡਰ ਆਪਣਾ ਸੈਕਿੰਡ ਬੁੱਧਿਸਟ ਕਾਉਂਸਲ ਹੋਈ ਸੀ ਠੀਕ ਹੈ ਤੇ ਹੋਰ ਵੀ ਆਪੇ ਡਿਸਕਸ ਕਰ ਲੈਣਾ ਬਾਕੀ ਸਾਰੀਆਂ ਜਿਹੜੀ ਪਹਿਲੀ ਹੋਈ ਸੀ ਰਜੇ ਉਹ ਅਜਾਤਸ਼ਤੁਰ ਦੇ ਅੰਡਰ ਹੋਈ ਸੀ ਕਦੋਂ ਹੋਈ ਸੀ ਇਹ 483 ਬੀਸੀ ਦੇ ਵਿੱਚ ਇਕਤੀ ਚੀਜ਼ ਧਿਆਨ ਦੇਣ ਵਾਲੀ ਗੱਲ ਇਹ ਹੈ ਜੇ ਕਿ 483 BC ਦੇ ਵਿੱਚ ਹੀ ਮਹਾਤਮਾ ਬੁੱਧੂ ਦੀ ਡੈਥ ਹੋਈ ਸੀਗੀ ਠੀਕ ਹੈ ਤਾਂ ਜਿਹੜੇ ਇਅਰ ਦੇ ਵਿੱਚ ਬੁੱਧਾ ਦੀ ਡੈਥ ਹੋਈ ਸੀਗੀ ਮਹਾਪਰੀ ਨਿਵਾਨ ਹੋਇਆ ਸੀਗਾ ਉਸ ਇਅਰ ਦੇ ਵਿੱਚ ਪਹਿਲੀ ਬੁੱਧਿਸਟ ਕਾਉਂਸਲ ਹੋਈ ਸੀ ਠੀਕ ਹੈ ਤੇ ਨੈਕਸਟ ਕਦ ਹੋਈ ਹੋਰ ਹੈ ਜ 100 ਸਾਲ ਬਾਅਦ ਹੋਈ ਸੀ 383 BC ਦੇ ਵਿੱਚ 383 BC ਦੇ ਵਿੱਚ ਨੈਕਸਟ 3rd ਜਿਹੜੀ ਕਾਉਂਸਲ ਹੋਈ ਹੋਈ ਹੋਰ ਹੈ ਜੇ ਉਹ ਅਸ਼ੋਕ ਦੇ ਅੰਡਰ ਹੋਈ ਸੀ ਇਹ ਹੋਈ ਸੀ 250 BC ਦੇ ਵਿੱਚ ਠੀਕ ਹੈ ਜੀ ਤੇ ਲਾਸਟ ਜਿਹੜੀ ਬੁੱਧਿਸਟ ਕਾਉਂਸਲਰਾ ਜੇ ਫੋਰਥ ਬੁੱਧਿਸਟ ਕਾਉਂਸਲ ਕਨਿਸ਼ਕ ਸਾਨੂੰ ਤੁਹਾਨੂੰ ਪਤਾ ਰਹੇ ਜੇ ਕਨਿਸ਼ਕ ਰੂਲਰ ਹੋਏ ਨੇ ਸਾਡੇ ਕੁਸ਼ਾਨਾਸ ਦੇ ਵਿੱਚ ਆਏ ਨੇ ਠੀਕ ਹੈ ਤੇ ਇਹਨਾਂ ਦੀ ਜਿਹੜੀ ਹੋਈ ਆ राजे ਇਹਦੇ ਦੋ ਡੇਟਸ ਮਿਲਦੇ ਨੇ ਆਪਾਂ ਨੂੰ ਬੇਸਿਕਲੀ 198 ਏਡੀ ਮਿਲਦੀ ਹੈ ਠੀਕ ਹੈ ਇੱਕ ਕਈ ਬੁਕਸ ਵਿੱਚ 72 ਏਡੀ ਵੀ ਮਿਲਦੀ ਹੈ ਠੀਕ ਹੈ ਤਾਂ ਦੋਨੋਂ ਹੀ ਕਿਤਨਾ ਕਿਤੇ ਠੀਕ ਨੇਗੇ ਠੀਕ ਹੈ ਤਾਂ ਲੂਸਨ ਦੇ ਵਿੱਚ ਬੇਸਿਕਲੀ 98 ਏਡੀ ਲਿਖਿਆ ਹੋਇਆ ਹੈ ਕਈ ਹੋਰ ਬੁੱਕਸ ਦੇ ਵਿੱਚ 72 ਏਡੀ ਵੀ ਮਿਲਦਾ ਆਪਾਂ ਨੂੰ ਤਾਂ ਕੋਈ ਇਸ਼ੂ ਨਹੀਂ ਹੈਗਾ ਆਪਾਂ ਨੂੰ ਕੋਈ ਇਹਦੇ ਵਿੱਚ ਹੈਡਕ ਲੈਣ ਦੀ ਲੋੜ ਨਹੀਂ ਹੈਗੀ ਪੇਪਰ ਦੇ ਵਿੱਚ ਇਹ ਜਿਆ ਕਵੈਸਚਨ ਆਊਗਾ ਹੀ ਨਹੀਂ ਵੈਸੇ ਤਾਂ ਜੇ ਆਊਗਾ ਤਾਂ ਦੋਨੇ ਕੈਰੈਕਟ ਨੇ ਬਸ ਇਹ ਆਪਣੀ ਯਾਦ ਰੱਖਣਾ ਹੈ ਠੀਕ ਹੈ ਤੇ ਜਿਹੜੀ 4ਥ ਬੁੱਧਿਸਤ ਕਾਉਂਸਲ ਹੈ ਉਹ ਕਨਿਸ਼ਕ ਦੇ ਅੰਡਰ ਹੋਈ ਸੀ ਰਜੇ ਠੀਕ ਹੈ ਬਾਕੀ ਰਜੇ ਇਹਨਾਂ ਦੇ ਜਿਹੜੇ ਵੈਨਿਊਜ਼ ਨੇਗੇ ਠੀਕ ਹੈ ਵੈਨਿਊਜ਼ ਵੀ ਇੰਪੋਰਟੈਂਟ ਨੇਗੇ ਕਿੱਥੇ ਕਿੱਥੇ ਹੋਇਆ ਸੀਗਾ ਠੀਕ ਹੈ ਜਿਵੇਂ ਮੈਂ ਗੱਲ ਕਰਾਂ ਕਨਿਸ਼ਕ ਤਾਂ ਇੱਕ ਕਸ਼ਮੀਰ ਦੇ ਵਿੱਚ ਬੇਸਿਕਲੀ ਤਾਂ ਮਤਲਬ ਸਾਰੇ ਦੇ ਵੈਨਿਊਜ਼ ਇੰਪੋਰਟੈਂਟ ਨੇ ਜਿਵੇਂ ਪਾਟਲੀਪੁੱਤਰ ਦੇ ਵਿੱਚ ਹੋਈ ਸੀਗੀ ਠੀਕ ਹੈ ਇਹ ਇਹ ਬੇਸ਼ਾਲੀ ਦੇ ਵਿੱਚ ਹੋਈ ਸੀਗੀ ਤੇ ਰਾਜਗ੍ਰੀ ਦੇ ਵਿੱਚ ਇਹ ਸਾਰੇ ਤੁਸੀਂ ਦੇਖ ਲੈਣਾ ਇੱਕ ਵਾਰੀ ਕਿੱਥੇ ਕਿੱਥੇ ਹੋਈ ਸੀਗੀ ਤੇ ਇਹਨਾਂ ਦਾ ਜਿਹੜਾ ਮਤਲਬ ਚੇਅਰਮੈਨ ਜਿਗਾ ਜਿਵੇਂ ਮੈਂ ਇਹ ਗੱਲ ਕਰ ਰਿਹਾ ਜਿਹੜੀ 4th ਬੁੱਧਿਸਟ ਕਾਉਂਸਲ ਹੈ ਇਹਦਾ ਚੇਅਰਮੈਨ ਕੌਣ ਸੀ ਰਾਜੀ ਵਾਸ਼ੂ ਮਿੱਤਰ ਠੀਕ ਹੈ ਪੈਟਰਨ ਨੇ ਇਸ ਤਾਂ ਕਨਿਸ਼ਕ ਦੀ ਸੀਗੀ ਜਿਹੜਾ ਰੂਲਰ ਸੀਗਾ ਬਟ ਜਿਹਨੇ ਪ੍ਰੈਜ਼ਾਈਡ ਓਵਰ ਕੀਤਾ ਜਿਹੜਾ ਚੇਅਰਮੈਨ ਸੀ ਉਹ ਵਾਸ਼ੂ ਮਿੱਤਰ ਸੀਗਾ ਠੀਕ ਹੈ ਜਿਹੜਾ ਦਾ ਠੀਕ ਹੈ ਜੀ ਇਹ ਦੋਨੇ ਫੋਰਥ ਬੁੱਧਿਸਟ ਕਾਉਂਸਲ ਦੇ ਵਿੱਚ ਮੈਂ ਗੱਲ ਕਰ ਰਿਹਾ ਠੀਕ ਹੈ ਠੀਕ ਹੈ ਜੀ ਚਲੋ ਇਹ ਚੀਜ਼ ਹੋ ਗਈ ਆਪਣੀ ਇੱਕ ਚੀਜ਼ ਜਿਹੜਾ ਹੋਰ ਵੀ ਫੇਮਸ ਹੈਗੀ ਹੈਗੀ ਕਿ ਫੋਰਥ ਬੁੱਧਿਸਟ ਕਾਉਂਸਲ ਦੇ ਵਿੱਚ ਜਿਹੜਾ ਆਪਣੀ ਬੁੱਧਿਜ਼ਮ ਸੀ ਦੋ ਸੈਕਟਰ ਦੇ ਵਿੱਚ ਡਿਵਾਈਡ ਹੋਇਆ ਤੁਹਾਨੂੰ ਪੜਿਆ ਹੋਇਆ ਹੋਵੇਗਾ ਤੁਸੀਂ ਸ਼ਾਇਦ ਠੀਕ ਹੈ ਹਿਨਯਾਨ ਤੇ ਮਹਾਯਾਨ ਦੇ ਵਿੱਚ ਇਹ ਵੀ ਕੁਐਸਚਨ ਅਕਸਰ ਆ ਜਾਂਦਾ ਰਹੇ ਕਿ ਕਿਹੜੀ ਬੁੱਧਿਸਟ ਕਾਉਂਸਲ ਦੇ ਵਿੱਚ ਬੁੱਧਿਸਟ ਬੁੱਧਿਜ਼ਮ ਜਿਹੜਾ ਰਿਲੀਜੀਅਨ ਹੈ ਉਹ ਦੋ ਸੈਕਟਰ ਦੇ ਵਿੱਚ ਵੰਡਿਆ ਗਿਆ ਹਿਨਯਾਨ ਤੇ ਮਹਾਯਾਨ ਦੇ ਵਿੱਚ ਠੀਕ ਹੈ ਇਹ ਵੀ ਰਜੇ ਫੋਰਥ ਬੁੱਧਿਸਟ ਕਾਉਂਸਲ ਦੇ ਵਿੱਚ ਹੋਇਆ ਸੀਗਾ ਠੀਕ ਹੈ ਜਦੋਂ ਕਿ ਕਨਿਸ਼ਕ ਨੇ ਪ੍ਰੈਜਾਈਡ ਓਵਰ ਕੀਤਾ ਸੀ ਤਾਂ ਇਹ ਵਾਲੀ ਕਾਉਂਸਲ ਦੇ ਵਿੱਚ ਹੀਨਯਾਨ ਤੇ ਮਹਾਯਾਨ ਦੇ ਵਿੱਚ ਵੰਡਿਆ ਗਿਆ ਸੀਗਾ ਠੀਕ ਹੈ ਜੀ ਇਹ ਚੀਜ਼ ਆਪਣੀ ਯਾਦ ਕਰਨੀ ਆ ਚਲੋ ਹੂ ਇਜ਼ ਸੁਪੋਜ਼ ਟੂ ਬੀ ਫਿਊਚਰ ਬੁੱਧਾ ਇਨ ਮਹਾਯਾਨ ਬੁੱਧਿਸਮ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਕਰਤੀ ਰਜੇ ਕਿ ਹੀਨਯਾਨ ਤੇ ਮਹਾਯਾਨ ਦੋ ਬੁੱਧਿਸਮ ਦੇ ਸੈਕਟ ਬਣ ਗਏ ਸੀਗੇ ਹੁਣ ਮਹਾਯਾਨ ਦੀ ਗੱਲ ਕਰ ਰਿਹਾ ਕਿ ਮਹਾਯਾਨ ਦੇ ਵਿੱਚ ਫਿਊਚਰ ਬੁੱਧਾ ਇੱਕ ਕਿਹਾ ਜਾਂਦਾ ਹੈਗਾ ਕਿਸੇ ਨੂੰ ਠੀਕ ਹੈ ਉਹ ਨਾਮ ਦੱਸਣਾ ਰਜੇ ਤਾਂ ਇਹਦਾ ਅਨਸਰ ਆਏਗਾ ਰਜ ਮੈਤ੍ਰਿਆ ਬੁੱਧਿਦਮ ਦੇ ਵਿੱਚ ਇੱਕ ਫਿਊਚਰ ਬੁੱਧਾ ਹੈ ਜਿਹਦੇ ਵਿੱਚ ਕੀ ਮੰਨਿਆ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਬੁੱਧਾ ਦੁਬਾਰਾ ਜਨਮ ਲੈਣਗੇ ਠੀਕ ਹੈ ਤੇ ਆਪਣਾ ਉਧਾਰ ਕਰਨਗੇ ਆਪਣੇ ਸਮਾਜ ਦਾ ਆਪਣੇ ਸੁਸਾਇਟੀ ਦਾ ਹਨ ਇਹ ਸਭ ਕੁਝ ਤਾਂ ਮੈਤ੍ਰਿਆ ਨਾਮ ਦਿੱਤਾ ਜਾਂਦਾ ਜਣੂ ਕਿ ਫਿਊਚਰ ਬੁੱਧਾ ਨੂੰ ਦਿੱਤਾ ਜਾਂਦਾ ਠੀਕ ਹੈ ਤੇ ਬਾਕੀ ਵੀ ਸਾਰੇ ਜਿਹੜੇ ਬੁੱਧਾ ਦੇ ਫਾਰਮਸ ਹੀ ਨੇ राजे ਇੱਕ ਤਰ੍ਹਾਂ ਦੇ ਠੀਕ ਹੈ ਇਹ ਉਹਨਾਂ ਦੇ ਹੋਰ ਇਨਕਾਰਨੇਸ਼ਨਸ ਹੀ ਨੇਗੇ ਜੇ ਵਜਰਬਾਨੀ ਦੀ ਅਪ ਗੱਲ ਕਰੀ ਰ राजे ਇਹ ਕੀ ਹੈ ਇਹ ਉਹ ਬੁੱਧਾ ਨੇ ਜਿਨ੍ਹਾਂ ਨੇ ਕੀ ਥੰਡਰ ਬੋਲਟ ਪਕੜਿਆ ਹੋਇਆਗਾ ਠੀਕ ਹੈ ਠੀਕ ਹੈ ਜਿਵੇਂ ਕਿ ਇੰਦਰ ਨੇ ਮਤਲਬ ਕੀ ਹੈ ਜਿਹੜੀਆਂ ਬਿਜਲੀ ਪਕ ਪਕੜਦੇ ਹੁੰਦੇ ਨੇ ਜਿਵੇਂ ਇੰਦਰ ਦੇ ਦੇਵਤਾ ਨੂੰ ਆਪਾਂ ਹੀ ਦਿਖਾਇਆ ਜਾਂਦਾ ਕਹਾਣੇ ਹੁੰਦੇ ਆ ਠੀਕ ਹੈ ਤਾਂ ਉਸੇ ਤਰ੍ਹਾਂ ਵੀ ਜਿਹਨੇ ਥੰਡਰ ਬੋਲਟ ਜਾਂ ਪਕੜਿਆ ਹੋਇਆ ਹੈਗਾ ਉਹ ਵਜਰਪਾਨੀ ਹੈ ਵਜਰ ਵਜਰ ਮਤਲਬ ਥੰਡਰ ਬੋਲਟ ਠੀਕ ਹੈ ਅਮੀਤਾਬ ਕੀ ਹੈ ਰਜੇ ਮਤਲਬ ਫਿਊਚਰ ਆਫ ਬੁੱਧਾ ਆਫ ਹੈਵਨ ਬੁੱਧਾ ਆਫ ਹੈਵਨ ਸਵਰਗ ਦੇ ਬੁੱਧਾ ਇਹਨੂੰ ਅਮੀਤਾਬ ਕਿਹਾ ਜਾਂਦਾ ਠੀਕ ਹੈ ਮੈत्रे ਆਪਾਂ ਦੇਖ ਲਿਆ ਫਿਊਚਰ ਬੁੱਧਾ ਪਦਮਪਾਨੀ ਕੀ ਹੈ ਰਜੇ ਪਦਮ ਦਾ ਮਤਲਬ ਕਮਲ ਹੈਗਾ ਠੀਕ ਹੈ ਤਾਂ ਮਤਲਬ ਸਿੰਪਲ ਜੀ ਕੀ ਗੱਲ ਜਿਹੜੇ ਬੁੱਧਾ ਨੇ ਲੋਟਸ ਪਕੜਿਆ ਹੋਇਆ ਹੈਗਾ ਠੀਕ ਹੈ ਤੁਹਾਨੂੰ ਪਤਾ ਅਜੰਤਾ ਕੇਵਜ਼ ਦੇ ਵਿੱਚ ਸਾਨੂੰ ਪਦਮ ਪਾਣੀ ਦੀ ਇਮੇਜਿਸ ਮਿਲਦੀਆਂ ਨੇ ਠੀਕ ਹੈ ਪੇਂਟਿੰਗਸ ਮਿਲਦੀਆਂ ਨੇ ਅਜੰਤਾ ਕੇਵਜ਼ ਦੇ ਵਿੱਚ ਤਾਂ ਇਹ राजे ਇਹ ਵਾਲਾ ਬੁੱਧਾ ਜਿਹੜਾ ਹੈਗਾ ਕਾਈਂਡ ਹਰਟਡ ਬੁੱਧਾ ਹੈਗਾ ਠੀਕ ਹੈ ਕਾਈਂਡ ਹਰਟਡ ਬੁੱਧਾ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਤਾਂ ਪਦਮ ਪਾਣੀ ਲੋਟਸ ਬੀਅਰਰ ਜਾਂ ਕਾਈਂਡ ਹਰਟਡ ਵਜਰ ਪਾਣੀ ਥੰਡਰ ਬੋਲਟ ਬੀਅਰਰ ਠੀਕ ਹੈ ਇਹ ਚੀਜ਼ ਕਰ ਲਈ ਆਪਾਂ ਚਲੋ ਉਹ ਦਿਟ ਰਜੇ ਯੂਪੀਐਸਸੀ ਦੇ ਵਿੱਚ ਕੁਐਸ਼ਨ ਆ ਚੁੱਕਿਆ ਹੈ ਠੀਕ ਹੈ 2018 19 ਦੇ ਵਿੱਚ ਮੇਰੇ ਖਿਆਲ ਦੇ ਵਿੱਚ 18 ਦੇ ਵਿੱਚ ਬੇਸਿਕਲੀ ਤਾਂ ਮaitreya ਫਿਊਚਰ ਬੁੱਧਾ ਕਿਹਨੂੰ ਕਿਹਾ ਜਾਂਦਾ ਤਾਂ ਉਹਦਾ ਆਨਸਰ ਆਣਾ ਸੀ ਆਪਣਾ ਮaitreya ਠੀਕ ਹੈ ਇੰਪੋਰਟੈਂਟ ਹੈ ਰਜੇ ਇਸ ਕਰਕੇ 23rd जैन तीर्थंकर वाज़ एसोसिएटेड ਵਿਦ 23rd जैन तीर्थंकर ਪਹਿਲੀ ਗੱਲ ਤਾਂ ਆਪ ਨੂੰ ਪਤਾ ਹੋਣਾ ਚਾਹੀਦਾ ਰਜੇ ਕਿ ਜੈਨ ਧਰਮ ਦੇ ਵਿੱਚ 24 ਤ੍ਰਿ ਤੰਕਰ ਦਾ ਕਨਸੈਪਟ ਹੈਗਾ ਠੀਕ ਹੈ ਜਿਹੜੇ 24 ਤੁਸੀਂ ਕਿ ਫਾਈਨਲੀ ਉਹ ਕੌਣ ਸੀਗੇ ਮਹਾਤਮਾ ਆਪਣੇ ਮਹਾਵੀਰ ਜੈਨ महावीर जैन ठीक है महावीर स्वामी महावीर जैन जो भी ਤੁਸੀਂ ਕਹਿਣਾ ਚਾਹੁੰਦੇ ਹੋ ਠੀਕ ਹੈ ਤਾਂ ਇਹ ਜਿਹੜੇ 24 ਤਿਰਥੰਕਰ ਸੀਗੇ ਤੇ 24 ਤਿਰਥੰਕਰ ਹੈ ਕੌਣ ਸੀ राजे ਇਹ ਹੈਗੇ ਸੀ पार्श्वनाथ पार्श्वनाथ राजे ਠੀਕ ਹੈ ਇਹ ਸੀਗੇ 23 ਤਿਰੰਕਰ ਠੀਕ ਹੈ ਤੇ ਇਹ ਪੁੱਛ ਰਿਹਾ ਕੁਐਸਚਨ ਦੇ ਵਿੱਚ ਕਿ ਜਿਹੜਾ ਪਾਰਸ਼ਵਨਾਥ ਸੀ ਕਿਹੜੀ ਜਗ੍ਹਾ ਦੇ ਨਾਲ ਅਸੋਸੀਏਟਡ ਸੀਗੇ ਤਾਂ ਬੇਸਿਕਲੀ ਵਾਰਾਨਸੀ ਦੇ ਨਾਲ ਅਸੋਸੀਏਟਡ ਸੀ ਕਿ ਇਹਨਾਂ ਦਾ ਜਿਹੜਾ ਬਰਤ ਸੀ ਉਹ ਬਨਾਰਸ ਦੇ ਵਿੱਚ ਹੋਇਆ ਸੀ ਵਾਰਾਨਸੀ ਦੇ ਵਿੱਚ ਹੋਇਆ ਸੀ ਪਾਰਸ਼ਵਨਾਥ ਦਾ ਠੀਕ ਹੈ ਜੀ ਇਹ ਆਪਣੀ ਯਾਦ ਕਰਨਾ ਹੈ ਠੀਕ ਹੈ ਤੇ ਜਿਹੜੇ ਫਰਸਟ ਤਿਰੰਕਰ ਸੀਦਾ ਜੋ ਕੌਣ ਸੀਗੇ ਫਰਸਟ ਤਿਰੰਕਰ ਸੀਗੇ ਰਿਸ਼ਭ ਦੇਵ ਰਿਸ਼ਭ ਦੇਵ ਠੀਕ ਹੈ ਜੀ ਇਹਨਾਂ ਦਾ ਬਰਥ ਪਲੇਸ ਕਿਹੜਾ ਜੇ ਇਹਨਾਂ ਦਾ ਬਰਥ ਪਲੇਸ ਹੈਗਾ ਅਯੋਧਿਆ ਏ ਵੀ ਇੰਪੋਰਟੈਂਟ ਪੁਆਇੰਟ ਬਣ ਸਕਦਾ ਬਿਕਾਜ਼ ਅਯੁੱਧਿਆ ਦੇ ਵਿੱਚ ਹੁਣ ਰਾਮ ਮੰਦਰ ਬਣ ਰਿਹਾ ਹੈਗਾ ਤੇ ਅਯੁੱਧਿਆ ਦੇ ਜਿਹੜਾ ਪੁਆਇੰਟ ਹੈ ਇੰਪੋਰਟੈਂਟ ਬਣ ਜਾਂਦਾ ਠੀਕ ਹੈ ਤਾਂ ਰਿਸ਼ਭ ਜਿਹੜੇ ਫਰਸਤ ਤਿਰੰਕਰ ਸੀਗੇ ਉਹ ਅਯੁੱਧਿਆ ਬੋਨ ਸੀਗੇ ਠੀਕ ਹੈ ਪਾਰਸ਼ੇਵਨਾਥ 23rd ਸੀਗੇ ਇਹ ਕਿੱਥੇ ਬੋਨ ਸੀਗੇ ਬਨਾਰਸ ਦੇ ਵਿੱਚ ਠੀਕ ਹੈ ਤਾਂ ਜਿਹੜਾ ਆਨਸਰ ਆਪਨਾ ਹੋਊਗਾ ਇੱਥੇ ਵਾਰਾਨਾਸੀ ਜਾਂ ਫਿਰ ਬਨਾਰਸ ਚਲੋ ਨੈਕਸਟ ਕੁਐਸਚਨ ਦ ਤ੍ਰਿਪਿਟਕਾ ਵਾਸ ਰਿਟਨ ਇਨ ਤ੍ਰਿਪਿਟਕਾ ਦਾ ਰਜੇ ਤੁਹਾਨੂੰ ਪਤਾ ਹੈ ਬੁੱਧਿਸਟ ਲਿਟਰੇਚਰ ਹੈਗਾ ਠੀਕ ਹੈ ਬੁੱਧਿਸਟ ਲਿਟਰੇਚਰ ਹੈ ਤਾਂ ਰਜੇ ਪਾਲੀ ਦੇ ਵਿੱਚ ਲਿਖਿਆ ਗਿਆ ਹੈਗਾ ਠੀਕ ਹੈ ਇਹ ਆਪ ਨੂੰ ਬਹੁਤ ਇੰਪੋਰਟੈਂਟ ਹੈ ਜਿਹੜਾ 3 ਪਿਟਕਾ ਹੈ ਬੁੱਧਿਸਟ ਲਿਟਰੇਚਰ ਉਹ ਪਾਲੀ ਦੇ ਵਿੱਚ ਲਿਖਿਆ ਗਿਆ ਹੈ 3 ਮਤਲਬ ਰਜੇ ਤਿੰਨ ਪਿਟਕਾ ਮਤਲਬ ਬਾਸਕਟ ਤਾਂ ਬੇਸਿਕਲੀ ਤਿੰਨ ਕੰਪੋਜੀਸ਼ਨ ਆਪ ਨੂੰ ਮਿਲਦੀਆਂ ਨੇ ਕਿਹੜੇ-ਕਿਹੜੀਆਂ ਇੱਕ ਸੁੱਤ ਪਿਟਕਾ ਵਿਨੇ ਪਿਟਕਾ ਤੇ ਅਬਿਧੰਮ ਪਿਟਕਾ ਠੀਕ ਹੈ ਰਜੇ ਤਿੰਨ ਕੰਪੋਜੀਸ਼ਨ ਮਿਲ ਕੇ ਆਪਾਂ ਨਾ 3 ਪਿਟਕਾ ਬਣਾਉਂਦੇ ਨੇ 1 2 3 3 ਪਿਟਕਾ ਠੀਕ ਹੈ ਸੁੱਤ ਪਿਟਕਾ ਦੇ ਵਿੱਚ ਕੀ ਹੈ ਰਜੇ ਪਿਟਕਾ ਮਤਲਬ ਬਾਸਕਟ ਲਿਟਰਲ ਮੀਨਿੰਗ ਇਹਦਾ ਬਾਸਕਟ ਵੀ ਬਾਸਕਟ ਦੇ ਵਿੱਚ ਕੁਝ ਟੈਕਸਟ ਪਾਤੇ ਆਪਣੇ ਇਕੱਠੇ ਕਰਕੇ ਤਾਂ ਦੈਟਸ ਵਾਈ ਆਪਾਂ ਕੀ ਨੇਮ ਕਰਦੇ ਆ ਪਿੱਟਕਾ ਨੇਮ ਕਰਦੇ ਆ ਨੂੰ ਠੀਕ ਹੈ ਸੋ ਤੁ ਪਿੱਟਕਾ ਦੇ ਵਿੱਚ ਬੇਸਿਕਲੀ ਕੀ ਰਜੇ ਜੀ ਬੁੱਧਾ ਦੀਆਂ ਸੇਇੰਗਸ ਜੋ ਵੀ ਬੁੱਧਾ ਨੇ ਆਪਣੇ ਲਾਈਫਟਾਈਮ ਦੇ ਵਿੱਚ ਜੋ ਚੀਜ਼ਾਂ ਕਹੀਆਂ ਉਹ ਇਸ ਪਿੱਟਕਾ ਦੇ ਵਿੱਚ ਲਿਖੀਆਂ ਹੋਈਆਂ ਨੇ ਸੇਇੰਗਸ ਆਫ ਬੁੱਧਾ ਬੁੱਧਾ ਦੀਆਂ ਸੇਇੰਗਸ ਠੀਕ ਹੈ ਵਿਨਰੀ ਦੇ ਵਿੱਚ ਕੀ ਰਜੇ ਰੂਲਸ ਆਫ ਆਰਡਰ ਰੂਲਸ ਆਫ ਮਤਲਬ ਜਿਹੜਾ ਸੰਘਾ ਦਾ ਜਿਹੜਾ ਉਹਨਾਂ ਦਾ ਗਰੁੱਪ ਹੈ ਜਾਂ ਬੁੱਧਿਸ ਬੁੱਧਿਜ਼ਮ ਦੇ ਰੂਲਸ ਨੇ ਜਿਹੜੇ ਜਿਹੜਾ ਉਹ ਮੰਗ ਜਿਹੜਾ ਕਿ ਗਰੁੱਪ ਦਾ ਪਾਰਟ ਬਣ ਕੇ ਰਹੂਗਾ ਠੀਕ ਹੈ ਰੂਲਸ ਆਫ ਸੰਘਾ ਬੇਸਿਕਲੀ ਠੀਕ ਹੈ ਰੂਲਸ ਆਫ ਸੰਘਾ ਬੇਸਿਕਲੀ ਰੂਲਸ ਆਫ ਮੋਨੈਸਟੀ ਗਾਰਡ ਰੱਪ ਕਹਿ ਸਕਦੇ ਹਾਂ ਠੀਕ ਹੈ ਤਾਂ ਵੀ ਵਿਨੇ ਪਿਟਕਾ ਦੇ ਵਿੱਚ ਹੈ ਅਭਿਧਮਾ ਪਿਟਕਾ ਦੇ ਵਿੱਚ ਰਜੀ ਸਾਰੀ ਦੀ ਸਾਰੀ ਫਲਸਫੀਆ ਅਭਿਧਮਾ ਫਲਸਫੀ ਫਲਸਫੀ ਰਜੀ ਮਤਲਬ ਸਾਰੀ ਬੁੱਧਿਜ਼ਮ ਦੀ ਕੀ ਐਕਚੁਅਲੀ ਬੁੱਧਿਜ਼ਮ ਕੀ ਕਹਿਣਾ ਚਾਹੁੰਦਾ ਹੈ ਠੀਕ ਹੈ ਜਿਵੇਂ ਆਪਣਾ ਵੇਦਾਸ ਵਿੱਚ ਵਿਦਾਂਤਾ ਪੜ੍ਹਦੇ ਆਪਾਂ ਠੀਕ ਹੈ ਉਪਨਿਸ਼ਦ ਪੜ੍ਹਦੇ ਆਂ ਠੀਕ ਹੈ ਉਹਦੇ ਵਿੱਚ ਵੀ ਕੀ ਹੈਗਾ ਫਿਲਾਸਫੀ ਲਿਖੀ ਹੋਈ ਹੈ ਉਪਨਿਸ਼ਦ ਦੇ ਵਿੱਚ ਉਸੇ ਤਰ੍ਹਾਂ ਅਭਿਧੰਮ ਪਟਿਕਾ ਦੇ ਵਿੱਚ ਫਿਲਾਸਫੀ ਲਿਖੀ ਗਈ ਹੈ ਬੁੱਧਿਸਮ ਬੁੱਧਧਰਮ ਦੀ ਠੀਕ ਹੈ ਤੇ ਜਿਹੜਾ ਅਭਿਧੰਮ ਪਟਿਕਾ ਰਜੇ ਇਹ 3rd ਬੁੱਧਿਸਟ ਕਾਉਂਸਲ ਦੇ ਵਿੱਚ ਆਪਣਾ ਲਿਖਿਆ ਗਿਆ ਸੀ 3rd ਬੁੱਧਿਸਟ ਕਾਉਂਸਲ ਦੇ ਵਿੱਚ ਠੀਕ ਹੈ ਆਪਾਂ ਹੁਣੀ ਪੜੀਏ ਸਿਰ ਅਜ ਬੁੱਧਿਸਟ ਕਾਉਂਸਲ ਠੀਕ ਹੈ ਤਾਂ 3rd ਬੁੱਧਿਸਟ ਕਾਉਂਸਲ ਕਿਹੜੀ ਸੀ ਰਜੇ ਅਸ਼ੋਕ ਦੇ ਅੰਡਰ ਅਸ਼ੋਕ ਦੇ ਅੰਡਰ ਠੀਕ ਹੈ ਠੀਕ ਹੈ ਇਸੇ ਕਰਕੇ ਆਪਾਂ ਅਸ਼ੋਕ ਨੂੰ ਕਈ ਵਾਰੀ ਧੰਮ ਨਾਲ ਐਸੋਸੀਏਟ ਕਰਦੇ ਆਂ ਵੀ ਠੀਕ ਹੈ ਤਾਂ ਜਿਹੜਾ ਥਰਡ ਥਰਡ ਬੁੱਧਿਸਤ ਕਾਉਂਸਲ ਸੀ 2200 BC ਦੇ ਵਿੱਚ 250 BC ਦੇ ਵਿੱਚ ਜਿਹਨੂੰ ਕਿ ਅਸ਼ੋਕ ਨੇ ਚੇਅਰਮੈਨ ਪੈਟਰਨ ਰੋਲ ਇਸ ਦਿੱਤੀ ਸੀਗੀ ਅਸ਼ੋਕ ਉਦੋਂ ਰੂਲਰ ਸੀਗਾ ਤਾਂ ਇਸ ਥਰਡ ਬੁੱਧਿਸਤ ਕਾਉਂਸਲ ਦੇ ਵਿੱਚ ਜਿਹੜਾ ਅਭਿਧਮ ਪਿਟਕ ਐਡ ਹੋਇਆ ਸੀ ਜਿਹੜੇ ਸੁਤ ਪਿਟਕ ਦੇ ਵੇਨ ਪਿਟਕਾ ਇਹ ਪਹਿਲੀ ਬੁੱਧਿਸਤ ਕਾਉਂਸਲ ਦੇ ਵਿੱਚ ਹੀ ਐਡ ਹੋਗੇ ਸੀਗੇ ਫਰਸਟ ਦੇ ਵਿੱਚ ਹੀ ਠੀਕ ਹੈ ਅਜਾਤਸ਼ਤਰੂ ਵਾਲੀ ਜੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਹੀ ਤੇ ਇੱਕ ਹੋਰ ਵੀ ਟਰਕੀ ਯਾਦ ਕਰਨੀ ਰਜੇ ਏ ਕੇ ए के ए के ए आजाद छत्रु कलाशोक अशोक कनिष्क ठीक है ये चार ही बुद्धिस्ट काउंसिल दे जेडे पैटर्न सिगे चलो जी नेक्स्ट क्वेश्चन रजे हु uh, वाज द ऑथर ऑफ बुद्धचरित बुद्धचरित अपनू रजे मिलदी है एक टेक्स्ट मिलदा है मतलब बुद्धा दी बायोग्राफी बेसिकली जिमे अपन रामचरित पढ़दे ना रामचरित राम दी बायोग्राफी चरित दा मतलब बायोग्राफी दा बेसिकली गाथा दा बुद्ध दी गाथा किने लिखिया बुद्ध दी बायोग्राफी किने लिखिया रजे ए क्वेश्चन पूछ रहजे त ए दा आंसर डेफिनेटली आएगा रजे अशोक घोष ਅਸ਼ਵਗੋਸ਼ ਅੰਦਰ ਆਏਗਾ ਆਪਾਂ ਹੁਣੀ ਪੜ੍ਹ ਕੇ ਹਟਿਆ ਰਜ ਅਸ਼ਵਗੋਸ਼ ਕੌਣ ਸੀਗਾ ਅਸ਼ਵਗੋਸ਼ ਬੇਸਿਕਲੀ ਕਨਿਸ਼ਕ ਦੀ ਕੋਟ ਦੇ ਵਿੱਚ ਸੀਗਾ ਕਨਿਸ਼ਕ ਠੀਕ ਹੈ ਜਿਹਦਾ ਕੀ 4ਥ ਬੁੱਧਿਸਟ ਕਾਉਂਸਲ ਦਾ ਆਪਾਂ ਨੇ ਦੇਖਿਆ ਸੀ ਪੈਟਰਨ ਸੀਗਾ ਠੀਕ ਹੈ ਤੇ ਜਿਹੜਾ ਅਸ਼ਵਗੋਸ਼ ਸੀ ਰਾਜੇ ਇਹ 4ਥ ਬੁੱਧਿਸਟ ਕਾਉਂਸਲ ਦਾ ਵਾਈਸ ਚੇਅਰਮੈਨ ਸੀਗਾ ਠੀਕ ਹੈ 4ਥ ਬੁੱਧਿਸਟ ਕਾਉਂਸਲ ਦਾ ਹੁਣੀ ਪੜਿਆ ਸੀ ਰਾਜੇ ਆਪਾਂ ਨੇ ਠੀਕ ਹੈ ਜੀ ਆਪਾਂ ਪੜ੍ਹਿਆ ਸੀ ਅਸ਼ੋਕ ਘੋਸ਼ ਫੋਰਥ ਬੁੱਧਿਸਟ ਕੌਂਸਲ ਦਾ ਜਿਹੜਾ ਸੀਗਾ ਇਹ ਵਾਈਸ ਚੇਅਰਮੈਨ ਸੀ ਤੇ ਵਾਸ਼ੂ ਮਿੱਤਰ ਕੌਣ ਸੀਗਾ ਚੇਅਰਮੈਨ ਸੀਗਾ ਠੀਕ ਹੈ ਕਿਹਦੇ ਪੈਟਰੋਨ ਅੰਡਰ ਹੋਈ ਸੀ ਇਹ ਕਨਿਸ਼ਕ ਦੇ ਅੰਡਰ ਹੋਈ ਸੀਗੀ ਠੀਕ ਹੈ ਜੀ ਇਹ ਧਿਆਨ ਰੱਖਣਾ ਆਪਣੇ ਆ ਕਨਿਸ਼ਕ ਨੇ ਰਾਜ ਸ਼ਾਕਾਇਰਾ ਵੀ ਸਟਾਰਟ ਕੀਤਾ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਾਕਾਇਰਾ ਕਦੋਂ ਹੈ ਸੀ ਸਟਾਰਟ ਇਹ 78 AD ਦੇ ਵਿੱਚ ਠੀਕ ਹੈ ਜੀ ਰਜੇ ਕਾਪੀ ਪੈਨ ਮਸਟ ਹੈ ਕਾਪੀ ਪੈਨ ਦੀ ਬਹੁਤ ਲੋੜ ਪੈਂਦੀ ਹੈ ਤੇ ਤੁਸੀਂ ਸਾਰੇ ਇੰਪੋਰਟੈਂਟ ਪੁਆਇੰਟਸ ਨੋਟ ਕਰਦੇ ਰਹਿਣਾ ਠੀਕ ਹੈ ਤੇ ਦੂਜੀ ਗੱਲ ਹੋਰ ਰਜੇ ਜਿਹੜੇ ਆਪਾਂ ਸਾਰੇ ਇਹ ਕੁਐਸਚਨ ਕਰ ਰਹੇ ਆ ਬੜੇ ਹੀ ਇੰਪੋਰਟੈਂਟ ਕੁਐਸਚਨ ਕਰ ਰਹੇ ਆ ਜਿਹੜੇ ਕਿ ਪੰਜਾਬ ਦੇ ਐਗਜ਼ਾਮ ਦੇ ਵਿੱਚ ਆਣ ਦੀ ਪੂਰੀ ਪੂਰੀ ਉਮੀਦ ਹੈਗੀ ਹੈ ਠੀਕ ਹੈ ਤੇ ਸਾਰੇ ਕੁਐਸਚਨ ਇੰਪੋਰਟੈਂਟ ਨੇ ਕੋਈ ਵੀ ਇਰੈਲੇਵੈਂਟ ਕੁਐਸਚਨ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਨੋਟ ਡਾਊਨ ਧਿਆਨ ਨਾਲ ਕਰਨਾ ਧਿਆਨ ਨਾਲ ਸਮਝਣਾ ਸਭ ਚੀਜ਼ਾਂ ਨੂੰ ਠੀਕ ਹੈ ਜੀ ਤਾਂ ਅਸ਼ਵਗੋਸ਼ ਆਪਾਂ ਉਹਨੇ ਦੇਖ ਰਾ ਜੇ ਕਿਹਦੀ ਕੋਰਟ ਦੇ ਵਿੱਚ ਸੀਗਾ ਇਹ ਕਿਦੇ ਟਾਈਮ ਪੀਰੀਅਡ ਦੇ ਵਿੱਚ ਸੀਗਾ ਕਨਿਸ਼ਕ ਦੇ ਵਿੱਚ ਠੀਕ ਹੈ ਜਦੋਂ ਕਨਿਸ਼ਕ ਕਨਿਸ਼ਕਾ ਰੂਲ ਕਰ ਰਹੇ ਸੀਗੇ ਤਾਂ ਡੈਫੀਨਿਟਲੀ ਅਸ਼ਵਗੋਸ਼ ਨੇ ਬੁੱਧਚਾਰੀ ਤੇ ਲਿਖਿਆ ਰਾ ਜੇ ਠੀਕ ਹੈ ਤੇ ਇਹ ਫੋਰਥ ਬੁੱਧਿਸਟ ਕਾਉਂਸਲ ਦੇ ਵਾਈਸ ਚੇਅਰਮੈਨ ਵੀ ਸੀਗੇ ਠੀਕ ਹੈ ਚੇਅਰਮੈਨ ਕੌਣ ਸੀ ਉਹ ਬਾਸ਼ੂਮਿਤਰ ਸੀਗੇ ਫੋਰਥ ਬੁੱਧਿਸਟ ਕਾਉਂਸਲ ਦੇ ਠੀਕ ਹੈ ਇੱਕ ਤਰ੍ਹਾਂ ਦੀ ਰਿਵੀਜ਼ਨ ਕਰ ਰਾਂ ਰਾ ਜੇ ਆਪਾਂ ਠੀਕ ਹੈ ਮੈਂ ਐਕਸਪੈਕਟ ਨਹੀਂ ਕਰਦਾ ਕਿ ਤੁਸੀਂ ਬਿਲਕੁਲ ਨਿਊ ਹੋ ਤੇ ਬਿਲਕੁਲ ਕਦੇ ਪੜਿਆ ਨਹੀਂ ਤੁਸੀਂ ਤੇ ਪੋਸ਼ਨ ਕਰ ਰਹੇ ਹੋ ਤਾਂ ਬੇਸਿਕਲੀ ਸ਼ਾਇਦ ਤੁਹਾਨੂੰ ਇੰਨਾ ਫਾਇਦਾ ਨਾ ਹੋਵੇ ਬੇਸਿਕਲੀ ਆਪਾਂ ਰਿਵੀਸ਼ਨ ਕਰ ਰਹੇ ਆ ਵੀ ਤੁਸੀਂ ਪੜ੍ਹੀਆਂ ਹੋਈਆਂ ਨੇ ਚੀਜ਼ਾਂ ਤੇ ਕਰ ਰਹੇ ਹਾਂ ਥੋੜਾ ਬਹੁਤ ਠੀਕ ਹੈ ਤੇ ਜਿਆਦਾ ਦੇਖੋ ਰਜੇ ਆਪਾਂ ਤਿਆਰੀ ਕਰਨੀ ਹੈ ਤਾਂ ਫੁੱਲ ਫਲੇਜ ਆਪਾਂ ਨੂੰ ਬੈਚ ਜੁਆਇਨ ਕਰਨਾ ਪੈਣਾਗਾ ਠੀਕ ਹੈ ਜਿਹਦੇ ਵਿੱਚ ਕਿਸੇ ਟ੍ਰਿਕਸ ਵਗੈਰਾ ਦੇ ਨਾਲ ਸਾਰੀ ਚੀਜ਼ਾਂ ਕਵਰ ਕਰਦੇ ਹੋਣੀਆਂ ਠੀਕ ਹੈ ਤਾਂ ਬੇਸਿਕਲੀ ਜਿਹੜਾ ਇਹ ਐਮਸੀਕਿਊਜ਼ ਨੇ ਇੱਕ ਤਰ੍ਹਾਂ ਦੇ ਰੈਪਿਡ ਰਿਵੀਸ਼ਨਸ ਨੇਗੇ ਠੀਕ ਹੈ ਤੁਸੀਂ ਮੌਕ ਟੈਸਟ ਜਿਵੇਂ ਸੋਲਵ ਕਰਦੇ ਹੋ ਇੱਕ ਤਰ੍ਹਾਂ ਦੇ ਮੌਕ ਟੈਸਟ ਕਰ ਰਹੇ ਆਪਾਂ ਜੇ ਤੁਸੀਂ ਸਟਾਰਟਿੰਗ ਤੋਂ ਸਟਾਰਟ ਕਰਨਾ ਹੈ ਜੇ ਬਿਲਕੁਲ ਇਨੀਸ਼ੀਅਲ ਪੁਆਇੰਟ ਤੋਂ ਤਾਂ ਡੈਫੀਨਿਟਲੀ ਤੁਸੀਂ ਜਿਹੜਾ ਸਾਡੇ ਹੈਲਪਲਾਈਨ ਨੰਬਰ ਹੈ ਉਸ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਗਾਈਡੈਂਸ ਮਿਲ ਸਕਦੀ ਹੈ ਵੀ ਤੁਸੀਂ ਕਿਵੇਂ ਪ੍ਰਪੇਅਰ ਕਰਨਾ ਚਾਹੀਦਾ ਔ ਨੋ ਠੀਕ ਹੈ ਕਿਵੇਂ ਸਟਾਰਟ ਕਰਨਾ ਹੈ ਤੁਹਾਨੂੰ ਕੋਚਿੰਗ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਇਹ ਸਾਰੀ ਗਾਈਡੈਂਸ ਤੁਹਾਨੂੰ ਇਸ ਨੰਬਰ ਤੇ ਮਿਲ ਜੂਗੀ ਤੁਸੀਂ ਇਸ ਨੰਬਰ ਤੇ ਵਟਸਐਪ ਕਰੋ ਕਾਲ ਕਰੋ ਕੋਈ ਦਿੱਕਤ ਨਹੀਂ ਠੀਕ ਹੈ 955150041 ਜਿਹੜਾ ਕਿ ਬੋਟਮ ਮੋਸਟ ਤੇ ਸਲਾਈਡ ਦੇ ਹਰ ਸਲਾਈਡ ਦੇ ਬੋਟਮ ਮੋਸਟ ਤੇ ਤੁਹਾਨੂੰ ਨੰਬਰ ਮਿਲ ਜਗਾ ਠੀਕ ਹੈ ਚਲੋ ਵਿਚ ਔਫ द ਫੋ ਸਤੂਪਾ ਕਿਹੜਾ ਜੇ ਆਪਾਂ ਨੂੰ ਪਤਾ ਦੇ ਕਿ ਸੂਪਾ ਬਣਦੇ ਹੁੰਦੇ ਸੀ ਆਪਣੇ ਇਸ ਫਾਰਮ ਦੇ ਵਿੱਚ ਸਤੂਪਾ ਬਣਦੇ ਸੀ ਆ ਆਲੇ ਵਾਲੇ ਵਾਲੇ ਕੀ ਬਣਦੇ ਸੀਗੇ ਤੋਰਨਾਸ ਬਣਦੇ ਸੀਗੇ ਠੀਕ ਹੈ ਤਾਂ ਇਹ ਬਿਲਕੁਕੁਲ ਬੇਸਿਕਲੀ ਸਤੂਪਾ ਸੀਗੇ ਜਿਹੜੇ ਆਪਣੇ ਜਿਵੇਂ ਸਾਂਚੀ ਸਤੂਪਾ ਆਪਾਂ ਗੱਲ ਕਰਦੇ ਆ ਤਾਂ ਇਹਦਾ ਆਨਸਰ ਵੀ ਬਿਲਕੁਲ ਜਿਹੜਾ ਸਾਂਚੀ ਸਾਂਚੀ ਹੀ ਆਊਗਾ ਆ ਜਿਹੜਾ ਸਾਂਚੀ ਦੇ ਸਤੂਪ ਨੇ राजे ਬੇਸਿਕਲੀ ਸਤੂਪ ਹੁੰਦਾ ਇਹ ਸਤੂਪਾ ਤਾਂ ਆਪਾਂ ਵੀ ਬਣਾ ਦਿਆਂਗੇ ਇੰਗਲਿਸ਼ ਦੇ ਵਿੱਚ ਬੇਸਿਕਲੀ ਸਤੂਪ ਹੁੰਦਾ ਇਹ ਤਾਂ ਇਹਨੇ ਕੁਐਸਚਨ ਪੁੱਛ ਰਿਆ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਵੈਲ ਪ੍ਰੀਜ਼ਰਵਡ ਸਤੂਪ ਹੈਗਾ ਅੱਜ ਦਾ ਉਹ ਕਿਹੜਾ ਹੈਗਾ ਤਾਂ ਸਾਂਚੀ ਦੇ ਵਿੱਚ ਜਿਹੜਾ ਸਤੂਪ ਨੇ ਰਜੇ ਉਹ ਸਭ ਤੋਂ ਜ਼ਿਆਦਾ ਵੈਲ ਪ੍ਰੀਜ਼ਰਵਡ ਨੇਗੇ ਤੇ ਬੈਸਟ ਕਨਸੀਡਰ ਕੀਤੇ ਜਾਂਦੇ ਨੇ ਕਿੱਥੇ ਰਜੇ ਸਾਂਚੀ ਇਹ ਐਮਪੀ ਦੇ ਵਿੱਚ ਹੈ ਮੱਧ ਪ੍ਰਦੇਸ਼ ਦੇ ਵਿੱਚ ਹਾਂਜੀ ਬਿਲਕੁਲ ਐਮਪੀ ਦੇ ਵਿੱਚ ਹੈ ਜੀ ਸਾਂਚੀ ਸਤੂਪ ਠੀਕ ਹੈ ਤੇ ਕਿਹਨੇ ਬਣਵਾਇਆ ਸੀ ਰਜੇ ਬੇਸਿਕਲੀ ਅਸ਼ੋਕ ਨੇ ਅਸ਼ੋਕ ਨੇ ਬਣਵਾਇਆ ਸੀਗਾ ਤੇ ਇੱਕ ਚੀਜ਼ ਹੋਰ ਰਜੇ ਸਾਂਚੀ ਦੇ ਵਿੱਚ ਆਪ ਨੂੰ ਤਿੰਨ ਸਤੂਪ ਮਿਲਦੇ ਨੇਗੇ ਅ ਤੇ ਇਹ ਤਿੰਨੇ ਦੇ ਵਿੱਚੋਂ ਇੱਕ ਜਿਹੜਾ ਅਸ਼ੋਕ ਨੇ ਬਣਾਇਆ ਸੀ ਉਹ ਕਿਹੜਾ ਹੈ ਉਹਨੂੰ ਆਪਾਂ ਕਹਿੰਦੇ ਆ ਮਹਾਸਤੂਪਾ ਮਹਾਸਤੂਪ ਕਹਦੇ ਨੇ ਮਹਾ ਚੈਤਾ ਕਹਿੰਦੇ ਨੇ ਠੀਕ ਹੈ ਤਾਂ ਇੱਕ ਬਣਾਇਆ ਸੀ ਅਸ਼ੋਕ ਨੇ ਉਹਨੂੰ ਜਿਹੜਾ ਉਹੀ ਜ਼ਿਆਦਾ ਪ੍ਰੀਜ਼ਰਵਡ ਹੈਗਾ ਅ ਬਾਕੀ ਰਜ ਜਿਹੜਾ ਸਾਂਚੀ ਦੇ ਵਿੱਚ ਸਾਰੇ ਮੋਨੂਮੈਂਟਸ ਬਣੇ ਨੇ ਉਹ ਯੂਨੈਸਕੋ ਯੂਨੈਸਕੋ ਦੇ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਵੀ ਆਉਂਦੇ ਨੇ ਯੂਨੈਸਕੋ ਦੇ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਵੀ ਆਉਂਦੇ ਨੇ ਠੀਕ ਹੈ 1989 ਦੇ ਵਿੱਚ ਬੇਸਿਕਲੀ ਜਿਹੜੇ ਕੀ ਇਹ ਵਰਲਡ ਹੈਰੀਟੇਜ ਸਾਈਟ ਬਣੇ ਸੀਗੇ ਸਾਂਚੀ ਦੇ ਵਿੱਚ ਜਿਹੜੇ ਵੀ ਸੂਪ ਹੈਗੇ ਨੇ ਠੀਕ ਹੈ ਜੀ ਹੋਰ ਤਾਂ ਕੁਝ ਜ਼ਿਆਦਾ ਹੈ ਨਹੀਂ ਬਿਲਕੁਲ ਅਸ਼ੋਕ ਨੇ ਬਣਵਾਇਆ ਸੀ ਤੇ ਅਸ਼ੋਕ ਦੀ ਵੀ ਵਾਈਫ ਨੇ ਬਣਵਾਇਆ ਸੀ ਬੇਸਿਕਲੀ ਅਸ਼ੋਕ ਦੀ ਵਾਈਫ ਨੇ ਠੀਕ ਹੈ ਉਹਦਾ ਨਾਮ ਸੀ ਦੇਵੀ ਅਸ਼ੋਕ ਦੀ ਵਾਈਫ ਨੇ ਠੀਕ ਹੈ ਜੀ ਚਲੋ ਹੂ ਵਾਸ ਅ ਟੀਚਰ ਆਫ ਗੋਤਮ ਬੁੱਧ ਗੋਤਮ ਬੁੱਧ ਦੇ ਟੀਚਰ ਕੌਣ ਸੀ ਰਾਜੇ ਤੇ ਇਹਦਾ ਅਨਸਰ ਹੋਊਗਾ ਜੀ ਡੈਫੀਨਿਟਲੀ ਅਲਾਰਾ ਕਾਮਲਾ ਅਲਾਰਾ ਕਲਮਾ ਜਾਂ ਅਲਾਰਾ ਕਾਮਲਾ ਹੋਊਗਾ ਠੀਕ ਹੈ ਇੱਕ ਬੁੱਧਾ ਦੇ ਟੀਚਰ ਸੀਗੇ ਠੀਕ ਹੈ ਇਸ ਤੋਂ ਇਲਾਵਾ राजे ਇੱਕ ਚੀਜ਼ ਹੋਰ ਵੀ ਹਨ ਬਸ ਇੰਪੋਰਟੈਂਟ ਹੈ ਕਿ ਅਸ਼ੋਕ ਨੇ ਇੱਕ ਕੁਐਸ਼ਨ ਇਹ ਹੋ ਗਿਆ ਕਿ ਹਾਂ ਗੌਤਮ ਬੁੱਧ ਦੇ ਟੀਚਰ ਕੌਣ ਸੀ ਤਾਂ ਅਲਾਰਾ ਕਾਮਲਾ ਸੀਗੇ ਠੀਕ ਹੈ ਇੱਕ ਹੋਰ ਕੁਐਸ਼ਨ ਕੀ ਬਣਦਾ राजे ਅਸ਼ੋਕ ਨੇ ਠੀਕ ਹੈ ਸ਼ੋਕ ਨੇ ਇਹਨਾਂ ਦੀ ਯਾਦ ਦੇ ਵਿੱਚ ਇੱਕ ਸਤੂਪਾ ਬਣਵਾਇਆ ਸੀ राजे ਉਹਦਾ ਨਾਮ ਹੈ ਕੇਸਰੀਆ ਸਤੂਪਾ ਕੇਸਰੀਆ ਸਤੂਪਾ ਬਿਹਾਰ ਦੇ ਵਿੱਚ ਬਣਵਾਇਆ ਸੀਗਾ ਠੀਕ ਹੈ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਕਿ ਜਿਹੜਾ ਕੇਸਰੀਆ ਸਤੂਪਾ ਹੈ ਕਿ ਦੀ ਯਾਦ ਦੇ ਵਿੱਚ ਬਣਿਆ ਉਹ ਅਲਾਰਾ ਕਾਮਲਾ ਦੀ ਅਲਾਰਾ ਕਾਮਲਾ ਕੌਣ ਹੈ ਟੀਚਰ ਆਫ ਬੁੱਧਾ ਹੈਗਾ ਠੀਕ ਹੈ ਇਹ ਚੀਜ਼ ਕਰਨੀ ਆ ਬੇਸਿਕਲੀ ਜਿਹੜੀ ਇਹਨਾਂ ਦਾ ਬੈਗਿੰਗ ਬਾਉਲ ਸੀਗਾ ਜਿਹਦੇ ਵਿੱਚ ਕੀ ਇੱਕ ਬਾਉਲ ਜਿਹਦੇ ਵਿੱਚ ਕੀ ਇਹ ਭਿਕਸ਼ਾ ਮੰਗਦੇ ਸੀਗੇ ਠੀਕ ਹੈ ਜਿਹੜੇ ਅਲਾਰਾ ਕਾਮਲਾ ਸੀ ਜਿਹੜੇ ਬਾਉਲ ਦੇ ਵਿੱਚ ਭਿਕਸ਼ਾ ਮੰਗਦੇ ਸੀ ਉਸ ਬਾਉਲ ਦੇ ਉੱਪਰ ਬੇਜਡ ਬਣਾ ਹੋਇਆ ਇਸਤੂਪਾ ਜਿਹਨੂੰ ਇਹਦਾ ਨਾਮ ਰੱਖਿਆ ਹੈ ਕੇਸਰੀਆ ਇਸਤੂਪਾ ਬਿਹਾਰ ਦੇ ਵਿੱਚ ਠੀਕ ਹੈ ਜੀ ਚਲੋ ਹੂ ਵਾਸ ਦਾ ਫਾਊਂਡਰ ਆਜੀਵਿਕਾ ਸੰਪਰਦਾਇ ਜਾਂ ਫਿਰ ਆਜੀਵਿਕਾ ਸੈਕਟਰ ਤੁਹਾਨੂੰ ਪਤਾ ਹੋਵੇਗਾ ਰਾਜੇ ਜਿਹੜਾ ਸਾਡਾ ਲੇਟਰ ਵੇਦੀ ਕੇਜ ਹੈ ਜਦੋਂ ਕਿ ਸਾਡੇ ਬੁੱਧਿਸਮ ਜੈਨਿਜ਼ਮ ਇਹ ਨਵੇਂ ਰਿਲੀਜੀਅਨ ਇੱਕ ਐਗਜ਼ਿਸਟੈਂਸ ਦੇ ਵਿੱਚ ਆਏ ਨੇ ਇਹਨਾਂ ਦੋ ਰਿਲੀਜੀਅਨ ਦੇ ਨਾਲ ਰਾਜੇ ਹੋਰ ਵੀ 50 ਤੋਂ ਜ਼ਿਆਦਾ ਜਿਹੜੇ ਇਵਨ 62 ਆਪਾਂ ਗੱਲ ਕਰਦੇ ਹੁੰਦੇ ਆ ਕਿ 62 ਨਵੇਂ ਰਿਲੀਜੀਅਨ ਨਵੇਂ ਸੈਕਟ ਕੇਮ ਇੰਟੂ ਐਗਜ਼ਿਸਟੈਂਸ ਠੀਕ ਹੈ ਉਹਦਾ ਰੀਜ਼ਨ ਕੀ ਸੀ ਰਾਜੇ ਬ੍ਰਾਹਮਨਿਜ਼ਮ ਦੇ ਵਿੱਚ ਜ਼ਿਆਦਾ ਕੁਰੀਤियां ਆ ਗਈਆਂ ਸੀਗੀਆਂ ਠੀਕ ਹੈ ਮਤਲਬ ਬਹੁਤ ਰਿਜਿਡ ਬਣ ਚੁੱਕਿਆ ਸੀ ਬ੍ਰਾਹਮਨਿਜ਼ਮ ਰਿਲੀਜੀਅਨ ਜਿਹੜਾ ਸੀਗਾ ਤਾਂ ਇਸੇ ਦੀ ਅਗੇਂਸਟ ਇਸ ਦੀ ਓਪੋਜੀਸ਼ਨ ਦੇ ਵਿੱਚ ਕਈ ਨਵੇਂ ਧਰਮ ਉਜਾਗਰ ਹੋਏ ਸੀਗੇ ਠੀਕ ਹੈ ਤਾਂ ਬੁੱਧਿਜ਼ਮ ਜੈਨਿਜ਼ਮ ਸਿਰਫ ਦੋ ਧਰਮ ਸੀ ਉਹਨਾਂ ਦੇ ਵਿੱਚੋਂ ਬਟ ਕਿਉਂਕਿ ਇਹ ਬਹੁਤ ਦੇਰ ਤੱਕ ਰਹੇ ਤਾਂ ਆਪਾਂ ਨੂੰ ਸਿਰਫ ਇੰਨਾ ਬਾਰੀ ਪਤਾ ਹੋਰ ਬਾਰੇ ਨਹੀਂ ਪਤਾ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗਾ ਅਜੀਵਿਕਾ ਸੈਕਟ ਠੀਕ ਹੈ ਅਜੀਵਿਕਾ ਠੀਕ ਹੈ ਹੁਣ ਪੁੱਛ ਰਹੇ ਨੇ ਵੀ ਇਸ ਸੈਕਟ ਦਾ ਇਸ ਸੰਪਰਦਾਇ ਦਾ ਫਾਊਂਡਰ ਕੌਣ ਸੀਗਾ ਬੇਸਿਕਲੀ ਦਾ ਸਹੀ ਆਨਸਰ ਹੋਊਗਾ ਜੇ ਮਕਲੀ ਇਹ ਫਿਰ ਗੋਸ਼ਾਲੀ ਇਹ ਵੀ ਕਦੇ ਕਦੇ ਅੱਗੇ ਵੀ ਲਿਖਿਆ ਹੁੰਦਾ ਹੈ ਗੋਸ਼ਾਲਾ ਮਖਲੀਪੁੱਤਾ ਤਾਂ ਕੋਈ ਦੋਨੋਂ ਹੀ ਠੀਕ ਨੇ ਤਾਂ ਬੇਸਿਕਲੀ ਦਾ ਅਨਸਰ ਆਊਗਾ ਮਖਾਲੀ ਗੋਸ਼ਾਲਾ ਠੀਕ ਹੈ ਜੀ ਤਾਂ ਇਹ ਅਨਸਰ ਆਊਗਾ ਦਾ ਵੀ ਜਿਹੜੇ ਇਹ ਵਾਲੇ ਸਕਾਲਰ ਸੀਗੇ ਇਹਨਾਂ ਨੇ ਅਜੀਵਿਕਾ ਸੈਕਟ ਦੀ ਫਾਊਂਡ ਕੀਤਾ ਇਹਨਾਂ ਨੂੰ ਠੀਕ ਹੈ ਅਜੀਵਿਕਾ ਸੈਕਟ ਦਾ ਫਾਊਂਡਰ ਸੀਗੇ ਇਹ ਇੱਕ ਚੀਜ਼ ਹੋਰ ਵੀ ਫੇਮਸ ਹੈ ਅਜੀਵਿਕਾ ਸੈਕਟ ਵਾਸਤੇ ਅਜੀਵਿਕਾ ਸੈਕਟ ਵਾਸਤੇ राजे ਅਸ਼ੋਕ ਨੇ ਹਾਲਾਂਕਿ ਅਸ਼ੋਕ ਆਪ ਤਾਂ ਦੇਖੋ ਬੁੱਧਿਸਟ ਫੋਲੋਅਰ ਸੀਗਾ ਬਾਅਦ ਦੇ ਵਿੱਚ ਠੀਕ ਹੈ ਆਪ ਦਾ ਬੁੱਧਿਸਟ ਬੁੱਧਿਜ਼ਮ ਨੂੰ ਫੋਲੋ ਕਰਦਾ ਸੀ ਬੱਟ ਸਟਿਲ ਕਿਉਂਕਿ ਆਪ ਨੂੰ ਪਤਾ ਅਸ਼ੋਕ ਬਹੁਤ ਹੀ ਮਤਲਬ ਇੱਕ ਡੀਸੈਂਟ ਰੂਲਰ ਸੀਗਾ ਇੱਕ ਮਤਲਬ ਹਰ ਨੂੰ ਕਿ ਹਰ ਕਿਸੇ ਨੂੰ ਇੱਕ ਸਪੇਸ ਜ਼ਿੰਦਾ ਸੀ ਤਾਂ ਜੇ ਖੁਦ ਬੁੱਧਿਜ਼ਮ ਨੂੰ ਫੋਲੋ ਕਰਦਾ ਸੀ ਦਾ ਮਤਲਬ ਐਵੇਂ ਨਹੀਂ ਹੈਗਾ ਵੀ ਹੋਰ ਜਿਹੜੇ ਦੂਸਰੇ ਧਰਮ ਸੀਗੇ ਜਾਂ ਸੈਕਟਰ ਸੀ ਉਹਨਾਂ ਨੂੰ ਮਤਲਬ ਨਕਾਰਦਾ ਸੀ ਨਹੀਂ ਐਦਾਂ ਨਹੀਂ ਸੀਗਾ ਹੋਰ ਧਰਮਾਂ ਦੀ ਹੋਰ ਸੈਕਟਾਂ ਦੀ ਵੀ ਇਹ ਪੂਰੀ ਪੂਰੀ ਆਦਰ ਕਰਦਾ ਸੀ ਇਸੇ ਇਹੀ ਰੀਜ਼ਨ ਹੈ ਰਜੇ ਕਿ ਅਸ਼ੋਕ ਨੇ ਅਜੀਵਿਕਾ ਸੈਕਟਰ ਦੇ ਜਿਹੜੇ ਬੁੱਧਿਸ਼ਟ ਜਿਹੜੇ ਮੋਂਗ ਸੀਗੇ ਅਜੀਵਿਕਾ ਸੈਕਟਰ ਦੇ ਜਿਹੜੇ ਸਾਧੂ ਸੰਤ ਸੀਗੇ ਮੋਂਗ ਸੀਗੇ ਉਹਨਾਂ ਵਾਸਤੇ ਕੇਵਸ ਬਣਵਾਈਆਂ ਕੇਵਸ ਬਣਾਈ ਉਹਨਾਂ ਦੇ ਰਹਿਣ ਵਾਸਤੇ ਠੀਕ ਹੈ ਜਿਹੜੀ ਆਪਾਂ ਨਾਮ ਦੇਣਾ ਉਹ 12 12 ਕੇਵਸ 12 12 ਕੇਵਸ ਠੀਕ ਹੈ ਜੀ ਇਹ ਕੇਵਸ ਬਣਵਾਈਆਂ ਠੀਕ ਹੈ ਇਹ ਵੀ ਈਸਟਰਨ ਇੰਡੀਆ ਦੇ ਵਿੱਚ ਹੀ ਸੀਗਾ ਲਗਭਗ ਠੀਕ ਹੈ ਜੀ ਬੇਸਿਕਲੀ ਬੇਸਿਕਲੀ ਆਪਾਂ ਬਿਹਾਰ ਦੇ ਵਿੱਚ ਹੀ ਕਹਿ ਸਕਦੇ ਹਾਂ 12 12 ਕੇਵਸ ਜਿਹੜੀਆਂ ਕੀ ਸੀ ਉਸ ਤੋਂ ਬਾਅਦ ਉਹ ਨਾਗਰਜੁਨ ਕੇਵਸ ਹੀ ਬਣੀਆਂ ਸੀਗੀਆਂ ਤੇ ਇਹ ਦੋਨੇ ਜਿਹੜੇ ਕਿਸੇ ਅਜੀਵਿਕਾ ਸੈਕਟ ਵਾਸਤੇ ਬਣਵਾਈਆਂ ਸੀ ਇਹ ਵੀ ਕੁਐਸ਼ਨ ਕਈ ਵਾਰ ਆ ਜਾਂਦਾ ਹੈ ਕਿ ਅਸ਼ੋਕ ਨੇ ਕਿਹੜੇ ਸੈਕਟ ਵਾਸਤੇ 12-12 ਕੇਵਸ ਬਣਵਾਈਆਂ ਸੀਗੀਆਂ ਤਾਂ ਉੱਥੇ ਆਪਾਂ ਕਈ ਵਾਰੀ ਕੀ ਕਨਫਿਊਜ਼ ਹੋ ਗਏ ਬੁੱਧਿਧਮ ਟਿਕ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਆਪਾਂ ਸੋਚ ਸਕਦਾ ਕਿ ਹਾਂ ਅਸ਼ੋਕ ਤਾਂ ਬੁੱਧਿਧਮ ਦਾ ਫੋਲੋਅਰ ਸੀਗਾ ਤਾਂ ਬੁੱਧਿਧਮ ਵਾਸਤੇ ਬਣਵਾਈਆਂ ਹੋਣੀਆਂ ਬਟ ਨਹੀਂ ਅਸ਼ੋਕ ਕਿਉਂਕਿ ਬਹੁਤ ਵਧੀਆ ਰੂਲਰ ਸੀ ਤੇ ਹੋਰ ਧਰਮਾਂ ਦੀ ਵੀ ਪੂਰਾ ਪੂਰਾ ਆਦਰ ਕਰਦਾ ਸੀ ਇਹੀ ਕਾਰਨ ਹੈ ਕਿ ਉਹਨੇ ਅਜੀਵਿਕਾ ਜਿਹੜਾ ਸੈਕਟ ਸੀ ਹੋਰ ਇੱਕ ਸੈਕਟ ਸੀਗਾ ਉਹਦੇ ਵਾਸਤੇ ਕੇਵਸ ਬਣਵਾਈਆਂ Uh, who among the following is given the credit of carrying jainism in south india jainism nu south india de vich kon leke gaya re ji theek hai inna de vichon tonu ede vich piche ki story vi hai theek hai pehla to dekho ida answer aayega bilkul c aayega bhadrabahu theek hai pehli gal ta answer aayega vi south india de vich bhadrabahu naam de jede ik mongs sige jain de jain de mongs sige oh leke gaye theek hai ta un story ki kundi hai raje story kundi hai almost 300 bc to vela pehla theek hai ik bahut tagda famine aaya theek hai ਅਕਾਲ ਪਿਆ ਸੀਗਾ ਜਦੋਂ ਕੀ ਸਾਰੀ ਮਤਲਬ ਫੈਸਿਲਿਟੀਆਂ ਦੀ ਖਾਣੇ ਦੀ ਕਮੀ ਹੋ ਗਈ ਸੀ ਤੇ ਖਾਣੇ ਦੇ ਨਾਲ ਨਾਲ ਹੋਰ ਚੀਜ਼ਾਂ ਦੀ ਕਮੀ ਹੋ ਗਈ ਸੀ ਤੇ ਹੁਣ ਤੁਹਾਨੂੰ ਪਤਾ ਜਿਹੜੇ ਜੈਨ ਤਰਮ ਦੇ ਉਪਾਸਕ ਨੇ ਬੜੇ ਹੀ ਹਾਰਡ ਹੁੰਦੇ ਨੇ ਹਾਰਡ ਫੋਲੋ ਸਿਸਟਮ ਨੂੰ ਫੋਲੋ ਕਰਦੇ ਨੇ ਠੀਕ ਹੈ ਕੱਪੜੇ ਨਹੀਂ ਪਾਣਾ ਘੱਟ ਖਾਣਾ ਨੰਗੇ ਪੈਰੀ ਤੁਰਨਾ ਹੁਣ ਵੀ ਆਪਾਂ ਦੇਖਦੇ ਜਿਹੜੇ ਅੱਜ ਦੇ ਜੈਨ ਤਰਮ ਦੇ ਮੰਕਸ ਨੇ ਆਪਾਂ ਦੇਖਦੇ ਆਪਣੇ ਆਲੇ ਦੁਆਲੇ ਉਹ ਬੜਾ ਹੀ ਹਾਰਡ ਜਿਹੜਾ ਕੀ ਹੈ ਜੀਵਨ ਬਤੀਤ ਕਰਦੇ ਨੇ ਠੀਕ ਹੈ ਤੇ ਉਸ ਟਾਈਮ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਐਕਸਟ੍ਰੀਮਲੀ ਹਾਰਡ ਸੀਗਾ ਠੀਕ ਹੈ ਜੈਨ ਤਰਮ ਆਪ ਠੀਕ ਹੈ ਜਿਹੜਾ ਬੁੱਧੀ ਬੁੱਧੇਤਰ ਬੁੱਧਧਰ ਮਹਾਰਾਜੀ ਉਹ ਕੀ ਕੀ ਬਲੀਵ ਕਰਦਾ ਹੈ ਮਿਡਲ ਪਾਥ ਦੇ ਵਿੱਚ ਮਿਡਲ ਪਾਥ ਦੇ ਵਿੱਚ ਵੀ ਨਾ ਹੀ ਜ਼ਿਆਦਾ ਬਹੁਤ ਜ਼ਿਆਦਾ ਸਟ੍ਰਿਕਟ ਹੋ ਜਾਣਾ ਨਾ ਹੀ ਬਹੁਤ ਜ਼ਿਆਦਾ ਰਿਲੈਕਸ ਹੋ ਜਾਣਾ ਠੀਕ ਹੈ ਤਾਂ ਮਿਡਲ ਪਾਥ ਬਚਾ ਲਈਏ ਬਟ ਜੈਨ ਜੈਨਤ੍ਰਮ ਬਿਲਕੁਲ ਐਕਸਟ੍ਰੀਮ ਤੇ ਹੀ ਕੰਮ ਕਰਦਾ ਸੀਗਾ ਠੀਕ ਹੈ ਤਾਂ ਉਹ ਚੀਜ਼ ਸੀਗੀ ਹੁਣ ਜਦੋਂ ਪਹਿਲਾਂ ਹੀ ਐਕਸਟ੍ਰੀਮ ਤੇ ਕੰਮ ਕਰ ਰਿਹਾ ਹੈ ਉਸ ਦੇ ਉੱਪਰ ਅਕਾਲ ਪੈ ਜੜਾ ਤਾਂ ਮਤਲਬ ਸਸਟੇਨ ਕਰਨਾ ਲਾਈਫ ਨੂੰ ਬਹੁਤ ਮੁਸ਼ਕਲ ਹੋ ਗਿਆ ਸੀਗਾ ਠੀਕ ਹੈ ਤਾਂ ਇਹ ਰੀਜ਼ਨ ਹੈ ਵੀ ਜਦੋਂ ਫੈਮਾਈਨ ਆ ਗਿਆ ਸੀ ਜੇ ਆ ਸਾਰੇ ਸਾਰੇ ਜੈਨ ਮੰਗ ਸੀਗੇ ਬੈਠੇ ਸੀ ਕਿਸਾਨ ਤੇ ਤਾਂ ਇਹਨਾਂ ਦੇ ਵਿੱਚੋਂ ਇੱਕ ਟੁਕੜਾ ਟੁੱਟ ਕੇ ਸਾਊਥ ਇੰਡੀਆ ਦੇ ਵਿੱਚ ਚਲਾ ਗਿਆ ਸੀਗਾ ਠੀਕ ਹੈ ਕਿਉਂਕਿ ਨੌਰਥ ਇੰਡੀਆ ਦੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਸੀਗਾ ਅਕਾਲ ਪੈਣ ਕਰਕੇ ਠੀਕ ਹੈ ਹੁਣ ਜਿਹੜੇ ਜਿਹੜੇ ਗਏ ਸੀ ਇਸ ਸੈਕਟਰ ਉਹਨਾਂ ਦੇ ਲੀਡਰ ਕੌਣ ਸੀ राजे ਉਹਨਾਂ ਦੇ ਲੀਡਰ ਸੀਗਾ ਭਦਰਬਾਹੂ ਠੀਕ ਹੈ ਜਿਹੜੇ ਰਹਿ ਗਏ ਸੀ राजे ਉਹਨਾਂ ਦੇ ਲੀਡਰ ਕੌਣ ਸੀ ਸਥੂਲ ਬਾਹੂ ਜਾਂ ਸਥੂਲ ਭਦਰ ਠੀਕ ਹੈ ਤਾਂ ਇਹ ਇਸ ਦਾ ਇਹੀ ਕਾਰਨ ਸੀਗਾ ਕਿ ਦੋ ਸੈਕਟਰ ਦੇ ਵਿੱਚ ਟੁੱਟ ਗਿਆ ਸੀਗਾ ਇਹ ਠੀਕ ਹੈ ਤੇ ਆਪਾਂ ਕਹਿ ਦਨ ਇਥੇ ਕਹਿ ਸਕਦੇ ਆ ਵੀ ਜਿਹੜਾ ਬੱਦਰਬਾਹੂ ਸੀ ਇਹ ਸਾਊਥ ਇੰਡੀਆ ਦੇ ਵਿੱਚ ਜੈਨ ਜੈਨ ਧਰਮ ਨੂੰ ਲੈ ਕੇ ਗਿਆ ਸੀਗਾ ਠੀਕ ਹੈ ਜੀ ਇਹ ਇੱਕ ਮਤਲਬ ਇੱਕ ਸਟੋਰੀ ਬਣਦੀ ਆ ਆਪਣੇ ਕੋਲੇ ਠੀਕ ਹੈ ਤਾਂ ਆਪਣਾ ਹੁਣ ਯਾਦ ਕਿਵੇਂ ਕਰਨਾ ਹੈ ਦੇਖੋ ਐਸ ਤੋਂ ਸਥੂਲ ਬੱਦਰ ਐਸ ਤੋਂ ਮਤਲਬ ਸਟੇ ਤਾਂ ਜਿਹੜੇ ਉੱਥੇ ਸਟੇ ਕਰ ਗਏ ਸੀਗੇ ਉਹ ਸਥੂਲ ਬੱਦਰ ਦੇ ਅੰਦਰ ਆ ਗਏ ਜਿਹੜੇ ਚਲੇ ਗਏ ਸੀ ਉੱਥੋਂ ਉਹ ਬੱਦਰਬਾਹੂ ਦੇ ਅੰਦਰ ਆ ਗਏ ਠੀਕ ਹੈ ਤਾਂ ਬੱਦਰਬਾਹੂ ਜਿਹੜਾ ਸੀਗਾ ਸਾਊਥ ਇੰਡੀਆ ਦੇ ਵਿੱਚ ਲੈ ਕੇ ਗਿਆ ਸੀਗਾ ਠੀਕ ਹੈ ਹਾਂਜੀ ਬਿਲਕੁਲ ਰਜੀ ਹੁਣ ਅਗੇ ਕੁਐਸਚਨ ਅਗਰ ਤੁਹਾਨੂੰ ਆਂਦਾ ਕਿ ਸਾਊਥ ਇੰਡੀਆ ਦੇ ਵਿੱਚ ਜੈਨਤਰ ਨੂੰ ਕੌਣ ਲੱਗੇਗਾ ਤਾਂ ਉਹਦਾ ਆਨਸਰ ਹੈਗਾ ਰਜੀ ਡੈਫੀਨਿਟਲੀ ਭਦਰਬਾਹੁ ਠੀਕ ਹੈ ਅ ਇਨ ਵਿੱਚ ਜੈਨਾ ਕਾਉਂਸਲ ਜੈਨ ਧਰਮ ਵਾਸ ਡਿਵਾਈਡਿਡ ਇਨਟੂ ਸ਼ਵੇਤਾਂਬਰ ਐਂਡ ਦਿਗੰਬਰ ਠੀਕ ਹੈ ਰਜੀ ਹੁਣ ਅਗੇਨ ਇਹੀ ਜਿਹੜਾ ਸਥੂਲ ਭਦਰ ਤੇ ਭਦਰਬਾਹੁ ਦੇ ਨਾਲ ਹੀ ਰਿਲੇਟਡ ਹੈਗਾ ਇਹ ਵਾਲਾ ਕੁਐਸਚਨ ਵੀ ਠੀਕ ਹੈ ਬੇਸਿਕਲੀ ਆਪਾਂ ਉਥੋਂ ਹੀ ਉਸੇ ਸਟੋਰੀ ਨੂੰ ਕੰਟੀਨਿਊ ਕਰਦੇ ਆ ਠੀਕ ਹੈ ਹੁਣ ਜਿਵੇਂ ਪਹਿਲਾਂ ਆਪਾਂ ਦੇਖਿਆ ਸੀਗਾ ਕੀ ਸਾਊਥ ਇੰਡੀਆ ਦੇ ਵਿੱਚ ਚਲੇ ਗਏ ਸੀਗੇ ਠੀਕ ਹੈ ਕੁਝ ਜਿਹੜੇ ਜੈਨ ਮੰਗ ਸੀਗੇ ਕੁਝ ਤਾਂ ਉੱਥੇ ਰਹਿ ਚੁੱਕੇ ਰਹੇ ਸੀਗੇ ਮਗਧ ਦੇ ਵਿੱਚ ਠੀਕ ਹੈ ਜਾਂ ਫਿਰ ਨਾਰਥ ਇੰਡੀਆ ਦੇ ਵਿੱਚ ਕੁਝ ਜਿਹੜੇ ਸੀਗੇ ਸਾਊਥ ਇੰਡੀਆ ਦੇ ਵਿੱਚ ਚਲੇ ਗਏ ਸੀਗੇ ਹੁਣ ਜਿਹੜੇ ਸਾਊਥ ਇੰਡੀਆ ਦੇ ਵਿੱਚ ਚਲੇ ਗਏ ਸੀ राजे ਉਹ ਕੁਝ 10-12 ਸਾਲਾਂ ਬਾਅਦ ਵਾਪਸ ਆਏ ਫਿਰ ਠੀਕ ਹੈ 10-12 ਸਾਲਾਂ ਬਾਅਦ ਵਾਪਸ ਆਏ ਹੁਣ ਆਪਾਂ ਮੰਨ ਕੇ ਚੱਲਦੇ ਆਂ ਇਹ ਚੀਜ਼ ਮੰਨ ਕੇ ਚੱਲਦੇ ਆਂ ਠੀਕ ਹੈ ਹੁਣ ਇਹ ਵਾਪਸ ਆ ਗਏ ਜਿਹੜੇ ਬਦਰ ਬਦਰਬਾਹੂ ਦੇ ਅੰਡਰ ਗਏ ਸੀ ਉਹ ਵਾਪਸ ਆ ਗਏ ਇਹ ਤਾਂ ਇੱਥੇ ਹੀ ਫਿਰਦੇ ਸੀਗੇ ਜਿਹੜੇ ਸੂਲ ਤੇ ਕਿਉਂਕਿ ਕਾਫੀ ਟਾਈਮ ਅਲੱਗ ਰਹੇ ਨੇ ਇਹ ਤਾਂ ਇਹਨਾਂ ਨੇ ਬਿਲਕੁਲ ਮਤਲਬ ਅਲੱਗ ਜਿਹਾ ਸਿਸਟਮ ਆਪਣਾ ਇੱਕ ਡਿਵੈਲਪ ਕਰ ਲਿਆ ਸੀ ਇਹ ਬੜੇ ਰਿਲੈਕਸ ਹੋ ਕੇ ਰਹਿਣ ਲੱਗੇ ਸੀਗੇ ਬੜੇ ਰਿਲੈਕਸ ਹੋ ਕੇ ਰਹਿਣ ਲੱਗੇ ਸੀ ਬਟ ਕਿਉਂਕਿ ਭਦਰਭਾਹੁ ਹੋਰੇ نیچے ਚਲੇ ਗਏ ਸੀਗੇ ਸਾਊਥ ਇੰਡੀਆ ਦੇ ਵਿੱਚ ਤਾਂ ਇਹਨਾਂ ਨੇ ਆਪਣੀ ਪ੍ਰੈਕਟਿਸਿਸ ਉਦਾਂ ਹੀ ਐਕਸਟ੍ਰੀਮ ਰੱਖੀਆਂ ਪੂਰੀਆਂ ਠੀਕ ਹੈ ਕੋਈ ਹਲੇ ਵੀ ਕੁਝ ਮਤਲਬ ਕੋਈ ਚੀਜ਼ਾਂ ਰਿਲੈਕਸ ਨਹੀਂ ਕੀਤੀਆਂ ਤਾਂ ਇਹੀ ਕਾਰਨ ਸੀ ਕਿ ਜਿਹੜਾ ਹੁਣ ਇਹ ਜੈਨ ਦਰਮ ਸੀ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਰਜੇ ਠੀਕ ਹੈ ਕਿਉਂਕਿ ਜਿਹੜੇ ਭਦਰਬਾਹੂ ਵਾਲੇ ਸੈਕਟ ਸੀ ਇਹ ਹਲੇ ਵੀ ਐਕਸਟ੍ਰੀਮ ਸੀਗਾ ਠੀਕ ਹੈ ਐਕਸਟ੍ਰੀਮ ਦੇ ਇੱਕ ਐਗਜ਼ਾਮਪਲ ਦਵਾ ਮੈਂ ਇਹ ਬਿਲਕੁਲ ਕੱਪੜੇ ਨਹੀਂ ਪਾਉਂਦੇ ਸੀਗੇ ਠੀਕ ਹੈ ਤਾਂ ਇਹਨੂੰ ਆਪਾਂ ਕਹਿੰਦੇ ਹਾਂ ਦਿਗੰਬਰ ਦਿਗੰਬਰ ਇਹਦਾ ਮਤਲਬ ਕੀ ਹੈ ਦਿਗੰਬਰ ਦਾ ਮਤਲਬ ਕੀ ਹੋ ਰਿਹਾ ਜੇ ਅੰਬਰ ਦਾ ਮਤਲਬ ਹੈ ਕੱਪੜਾ ਦਿਗ ਦਾ ਮਤਲਬ ਹੈ ਅਸਮਾਨ ਤਾਂ ਮਤਲਬ ਇਹ ਕਹਿੰਦੇ ਸੀ ਅਸਮਾਨ ਹੀ ਸਾਡਾ ਕੱਪੜਾ ਹੈਗਾ ਠੀਕ ਹੈ ਤਾਂ ਮਤਲਬ ਬਿਲਕੁਲ ਐਕਸਟ੍ਰੀਮ ਫਾਰਮ ਦੇ ਇਹ ਜਿਹੜੇ ਜੈਨਤਰਾਂ ਦੇ ਉਪਾਸਕ ਸੀਗੇ ਵੀ ਕੱਪੜੇ ਨਹੀਂ ਪਾਣਾ ਇਹ ਸਭ ਕਰਨਾ ਹੈ ਨਾ ਤਾਂ ਇਹਨਾਂ ਦਾ ਨਾਮ ਪੈ ਗਿਆ ਦਿ ਤੇ ਜਿਹੜੇ ਹੁਣ ਮੈਨੂੰ ਦੱਸ ਰਹੇ ਵੀ ਥੂਲ ਬੱਧਰ ਵਾਲੇ ਸੀਗੇ ਜਿਹੜੇ ਪਹਿਲਾਂ ਹੀ ਉੱਥੇ ਰਹਿ ਰਹੇ ਸੀਗੇ ਤਾਂ ਇਹ ਥੋੜੇ ਜਿਹਾ ਰਿਲੈਕਸ ਹੋ ਗਏ ਸੀ ਇਹ ਕੱਪੜੇ-ਕੂਪੜੇ ਪਾਣ ਲੱਗੇ ਸੀਗੇ ਠੀਕ ਹੈ ਤਾਂ ਇਹਨਾਂ ਨੇ ਇਹਨਾਂ ਦਾ ਨਾਮ ਪਿਆ ਗਿਆ राजे ਸ਼ਵੇਤਾਂਬਰ ਸ਼ਵੇਤਾਂਬਰ ਸ਼ਵੇਤ ਮਤਲਬ ਵਾਈਟ ਅੰਬਰ ਮਤਲਬ ਕੱਪੜਾ ਤਾਂ ਇਹ ਚਿੱਟੇ ਕੱਪੜੇ ਪਾਣ ਲੱਗੇ ਸੀ ਤਾਂ ਇਹਨਾਂ ਨੂੰ ਆਪਾਂ ਕਹਿਣ ਲੱਗੇ ਸ਼ਵੇਤਾਂਬਰ ਠੀਕ ਹੈ ਹੁਣ ਇਹ ਰਾਜੇ ਸਾਰਾ ਕੁਝ ਹੋਇਆ ਹੈ ਇਹਦਾ ਆਨਸਰ ਹੋਊਗਾ ਫਰਸਟ ਬੁੱਧਿਸਟਿਕ ਫਰਸਟ ਜਿਹੜਾ ਕਾਉਂਸਲ ਦੇ ਵਿੱਚ ਪਹਿਲੀ ਜਿਹੜਾ ਕਾਉਂਸਲ ਜਿਹੜੀ ਕਿ ਸਾਡੀ ਆਲਮੋਸ ਸੈਕ ਕਾਉਂਸਲ ਦੇ ਵਿੱਚ ਆਪਣਾ ਕੀ ਹੈ ਸ਼ਵੇਤੰਬਰ ਤੇ ਦਿਗੰਬਰ ਦੇ ਵਿੱਚ ਟੁੱਟ ਟੁੱਟ ਗਏ ਸੀਗੇ ਠੀਕ ਹੈ ਕੁਸ਼ਨ ਕੀ ਪੁੱਛ ਰਿਹਾ ਵੀ ਕਿਹੜੀ ਜੈਨਾ ਕਾਉਂਸਲ ਦੇ ਵਿੱਚ ਜੈਨ ਦਰਮ ਵਾਸ ਡਿਵਾਈਡਡ ਇਨਟੂ ਸ਼ਵੇਤੰਬਰ ਤੇ ਦਿਗੰਬਰ ਠੀਕ ਹੈ ਤਾਂ ਆਪਣਾ ਆਨਸਰ ਤਾਂ ਪਹਿਲੀ ਗੱਲ ਆ ਗਿਆ ਫਰਸਟ ਬੋਦੀ ਫਰਸਟ ਜੈਨਾ ਕਾਉਂਸਲ ਠੀਕ ਹੈ ਹੁਣ ਆਪਾਂ ਇਹ ਵੀ ਦੇਖ ਲੱਗੀ ਸ਼ਵੇਤੰਬਰ ਤੇ ਦਿਗੰਬਰ ਦੇ ਵਿੱਚ ਫਰਕ ਕੀ ਹੈਗਾ ਸ਼ਵੇਤੰਬਰ ਜਿਹੜੇ ਸੀਗੇ ਦੇਖੋ ਪਹਿਲਾਂ ਹੀ ਐਸ ਤੋਂ ਸ਼ਵੇਤੰਬਰ ਐਸ ਤੋਂ ਸਥੂਲਵਧਰ ਐਸ ਤੋਂ ਸਟੇ ਜਿਹੜੇ ਪਹਿਲਾਂ ਹੀ ਸਟੇ ਕਰ ਗਏ ਸੀਗੇ ਠੀਕ ਹੈ ਤੇ ਬਾਕੀ ਸਾਰਾ ਜਿਹੜੇ ਚਲੇ ਗਏ ਸੀ ਉਹ ਭਦਰਬਾ ਫੋਲੋ ਕਰਦੇ ਸੀਗੇ ਠੀਕ ਹੈ ਯਾਨੀ ਕਿ ਮਤਲਬ ਕਪੜੇ ਨਹੀਂ ਪਾਣੇ ਇਹ ਅਸਮਾਨ ਨੂੰ ਹੀ ਆਪਣਾ ਕਪੜਾ ਸਮਝਦੇ ਸੀ ਠੀਕ ਹੈ ਜੀ ਤਾਂ ਇਹ ਚੀਜ਼ ਆਪਣੀ ਕਰਨੀ ਆਪਾਂ ਨੇ ਹੋਰ ਇਹਦੇ ਵਿੱਚ ਠੀਕ ਹੈ राजे ਤਾਂ ਬਿਲਕੁਲ ਬਸ ਫਰਸਟ ਜਿਹੜਾ ਕਾਉਂਸਲ ਸੀਗੀ ਜਿਹੜੇ ਸੈਕਿੰਡ ਸੈਕਿੰਡ ਜਿਹੜਾ ਕਾਉਂਸਲ ਕੋਲ ਹੋਈ ਰਾਜੇ ਆਲਮੋਸਟ 512 ਆਈਡੀ ਦੇ ਵਿੱਚ ਵੈਸ਼ਾਲੀ ਦੇ ਵਿੱਚ ਠੀਕ ਹੈ ਬੇਸ਼ਾਲੀ ਦੇ ਵਿੱਚ ਥਰਡ ਏ ਹੈ ਨਹੀਂ ਕਾਉਂਸਲ ਇਹ ਜਸਟ ਕਨਫਿਊਜ਼ਨ ਵਾਸਤੇ ਸੀਗਾ ਤਾਂ ਫਰਸਟ ਤੇ ਸੈਕਿੰਡ ਜਿਹਨਾਂ ਦਾ ਕਾਉਂਸਲ ਹੀ ਹੋਈ ਹੈ ਠੀਕ ਹੈ ਬੁੱਧਿਚ ਦੀ ਆਪਣੇ ਚਾਰ ਪੜੀਆਂ ਸੀ ਬਟ ਜਨਾਂ ਦੀ ਸਿਰਫ ਦੋ ਹੀ ਪੜਦੇ ਆਪਾਂ ਮੇਨ ਠੀਕ ਹੈ ਤਾਂ ਫਰਸਟ ਜਿਹੜੀ ਸੀ 320 ਦੇ ਵਿੱਚ ਸੈਕਿੰਡ 800 ਸਾਲ ਬਾਅਦ 512 AD ਦੇ ਵਿੱਚ ਬੇਸ਼ਾਲੀ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਫਰਸਟ ਬੁੱਧਿਚ ਕਾਉਂਸਲ ਦਾ ਚੇਅਰਮੈਨ ਸੀ ਰਾਜੇ ਉਹ ਕੌਣ ਸੀਗਾ ਉਹਦਾ ਚੇਅਰਮੈਨ ਸੀ ਰਾਜੇ ਸਥੂਲਵੱਧਰ ਸਥੂਲਵੱਧਰ ਫਰਸਟ ਜੈਨਾ ਕੌਂਸਲ ਦਾ ਚੇਅਰਮੈਨ ਜਿਹੜਾ ਇੱਥੇ ਬੰਦਾ ਸੀਗਾ ਇਹਨਾਂ ਦਾ ਲੀਡਰ ਸੀ ਉਹੀ ਇਹਦਾ ਚੇਅਰਮੈਨ ਸੀਗਾ ਠੀਕ ਹੈ ਪਹਿਲੀ ਜੈਨ ਕੌਂਸਲ ਦਾ ਚਲੋ ਤਾਂ ਹੁਣ ਜੋ ਇਹ ਵੀ ਤੁਸੀਂ ਧਿਆਨ ਰੱਖਣਾ ਰਿਹਾ ਜੀ ਦੋ ਕੁਐਸ਼ਨ ਹੋ ਗਏ ਆਪਣੇ ਕੋਲੇ ਦੋ ਕੁਐਸ਼ਨ ਹੋ ਗਏ ਕਿ ਜਿਹੜੇ ਜੈਨ ਧਰਮ ਦੋ ਟੁਕੜਿਆਂ ਦੇ ਵਿੱਚ ਕਿਉਂ ਟੁੱਟਿਆ ਫਰਸਟ ਜੈਨਾ ਕੌਂਸਲ ਦੇ ਵਿੱਚ ਠੀਕ ਹੈ ਜਿਹੜਾ ਬੁੱਧ ਧਰਮ ਦੋ ਟੁਕੜਿਆਂ ਦੇ ਵਿੱਚ ਕਿਉਂ ਟੁੱਟਿਆ ਫੋਰਥ ਬੁੱਧਿਸਟ ਕੌਂਸਲ ਦੇ ਵਿੱਚ ਠੀਕ ਹੈ ਫਰਸਟ 320 ਦੇ ਵਿੱਚ ਹੋਇਆ ਸੀ ਇਹ ਤੇ ਜਿਹੜਾ ਇਹ ਹਿਨਿਆਨ ਤੇ ਮਹਾਜਾਨ ਬੁੱਧਿਜ਼ਮ ਕਿਹਦੇ ਵਿੱਚ ਟੁੱਟਿਆ ਸੀ ਹਿ ਜੈਨ ਧਰਮ ਕਿਦੇ ਵਿੱਚ ਟੁੱਟਿਆ ਸੀਗਾ ਸ਼ਵੇਤੰਬਰ ਦਿਗੰਬਰ ਠੀਕ ਹੈ ਜੈਨ ਧਰਮ ਪਹਿਲੀ ਕਾਉਂਸਲ ਦੇ ਵਿੱਚ ਟੁੱਟ ਗਿਆ ਸੀਗਾ ਬੁੱਧ ਧਰਮ ਫੋਰਥ ਬੁੱਧਿਸਟ ਕਾਉਂਸਲ ਦੇ ਵਿੱਚ ਟੁੱਟਿਆ ਸੀਗਾ ਜਦੋਂ ਕਿ ਕਨਿਸ਼ਕ ਉੱਪਰ ਪੈਟਰੋਨਾਈਜ਼ ਕਰ ਰਿਹਾ ਸੀਗਾ ਠੀਕ ਹੈ ਬੇਸਿਕਲੀ ਆਪਾਂ ਪੜ੍ਹਦੇ ਹਾਂ 72 AD ਜਾਂ ਫਿਰ 98 AD ਤਾਂ ਯਾਦ ਰੱਖਣਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਵੀ ਜੈਨ ਧਰਮ ਸ਼ਵੇਤੰਬਰ ਤੇ ਦਿਗੰਬਰ ਬੁੱਧ ਧਰਮ ਹੀਨਿਆਨ ਤੇ ਮਹਾਯਾਨ ਠੀਕ ਹੈ ਇਹ ਆਪਾਂ ਦੋਨੋਂ ਹੀ ਪੜ ਚੁੱਕਿਆ ਠੀਕ ਹੈ ਜੀ ਚਲੋ